ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਮਿਲ ਯੂਐਸਏ ਟੀਵੀ ਮੈਸਰਬੀ ਖਬਰਾਂ ਦੇਸ ਬੁਲੇਟਨ 'ਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਖਬਰਾਂ ਦੇ ਬੁਲੇਟਨ ਦੇ ਸਪਾਂਸਰ ਨੇ ਰੀਅਲਟਰ ਗੁਰਜਤਿੰਦਰ ਸਿੰਘ ਰੰਦਾਵਾ ਹਰ ਤਰ੍ਹਾਂ ਦੀ ਪ੍ਰੋਪਰਟੀ ਖਰੀਦਣ ਅਤੇ ਵੇਚਣ ਦੇ ਲਈ ਤੁਸੀਂ ਸਕਰੀਨ ਦੇ ਦਿੱਤੇ ਨੰਬਰਾਂ ਰਾਹੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਪੇਸ਼ਾਨ ਦੇਸ਼ ਵਿਦੇਸ਼ ਜੀਆਂ ਕੁਝ ਟੂਨ ਵਿਖਵਰਾ ਪ੍ਰਵਾਸੀ ਭਾਰਤੀਆਂ ਨੂੰ ਅਮਰੀਕਾ 'ਚ ਪੀਐਮ ਮੋਦੀ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਬੋਲੇ ਸਾਂਝੇਦਾਰੀ ਦੇ ਖੁੱਲਣਗੇ ਨਵੇਰਾ ਅਮਰੀਕਾ ਦੇ ਆਈ ਡਾਹੋ ਸੂਬੇ 'ਚ ਚਾਰ ਲੋਕਾਂ ਦਾ ਗੋਲੀਆਂ ਮਾਰ ਕੇ ਕਤਲ ਪਿਛਲੇ ਦਹਾਕੇ ਨਾਲੋਂ 65% ਤੇਜ਼ੀ ਨਾਲ ਪਿਗਲ ਰਹੇ ਹਨ ਹਿਮਾਲੀਅਨ ਗਲੇਸ਼ੀਅਰ ਅਧਿਐਨ 'ਚ ਹੋਇਆ ਖੁਲਾਸਾ ਪੀਐਮ ਮੋਦੀ ਦਾ ਸਪਸ਼ਟ ਬਿਆਨ ਕਿਹਾ ਅਸੀਂ ਨਿਰਪੱਖ ਨਹੀਂ ਹਾਂ ਯੂਕਰੇਨ ਰੂਸ ਜੰਗ ਤੇ ਪ੍ਰਧਾਨ ਮੰਤਰੀ ਮੋਦੀ ਨੇ ਦਿੱਤਾ ਬਿਆਨ ਇੰਡੀਗੋ ਨੇ ਦਿੱਤਾ ਸਭ ਤੋਂ ਵੱਡਾ ਆਰਡਰ ਕੰਪਨੀ ਖਰੀਦੇਗੀ 500 ਜਹਾਜ਼ ਯਾਤਰੀਆਂ ਨੂੰ ਮਿਲੇਗਾ ਫਾਇਦਾ ਹਰਦੀਪ ਸਿੰਘ ਨਿੱਜਰ ਦੀ ਹੱਤਿਆ ਸਬੰਧੀ ਤੱਥ ਅਤੇ ਸਬੂਤ ਇਕੱਠੇ ਕਰਨ ਵਿੱਚ ਜੁਟੀ ਪੁਲਿਸ ਐਨਆਈਏ ਨੇ ਭਾਰਤੀ ਦੂਤਾਵਾਸਾ ਤੇ ਹਮਲਿਆ ਦੀ ਐਫਆਈਆਰ ਦਰਜ ਕੀਤੀ ਛੇਤੀ ਹੀ ਕੈਨੇਡਾ ਤੇ ਯੂਐਸ ਲਈ ਰਵਾਨਾ ਹੋਣਗੇ ਹਵਾ ਚ ਉੜਦੇ ਜਹਾਜ਼ਾਂ 'ਚ ਅਚਾਨਕ ਖੁੱਲ ਗਿਆ ਦਰਵਾਜ਼ਾ ਯਾਤਰੀਆਂ ਦੇ ਅਟਕੇ ਸ ਹੁਣ ਖਬਰਾਂ ਵਿਸਤਾਰ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਦੌਰੇ ਸਬੰਧੀ ਪ੍ਰਵਾਸੀ ਭਾਰਤੀ ਕਾਫੀ ਉਤਸ਼ਾਹਿਤ ਹਨ ਇਸ ਕੜੀ ਵਿੱਚ ਕੈਲੀਫੋਰਨੀਆ ਦੇ ਸੈਨ ਜੋਸ ਚ ਐਨ ਆਈ ਡੀ ਫਾਊਂਡੇਸ਼ਨ ਅਤੇ ਭਾਰਤੀ ਕਟ ਗਿੰਦੀ ਫਾਊਂਡੇਸ਼ਨ ਨੇ ਭਾਰਤ ਯੂ ਐਸ ਪਾਰਟਨਰਸ਼ਿਪ ਯਾਨੀ ਕਿ ਨਿਊ ਵਰਡ ਟੈਕ ਆਰਡਰ ਵਿਸ਼ੇ ਤੇ ਇੱਕ ਰੌਂਡ ਟੇਬਲ ਕਾਨਫਰੰਸ ਦਾ ਆਯੋਜਨ ਕੀਤਾ ਇਸ ਦੇ ਵਿੱਚ ਉੱਗੀਆਂ ਕੰਪਨੀਆਂ ਦੇ ਸੀਈਓਜ਼ ਉਪ ਪ੍ਰਧਾਨ ਅਤੇ ਪ੍ਰਮੁੱਖ ਕੰਪਨੀਆਂ ਦੇ ਗਲੋਬਲ ਮੁਖੀਆਂ ਸਮੇਤ ਸਿਲੀਕਨ ਵੈਲੀ ਦੇ ਟੈਕ ਲੀਡਰਾਂ ਨੇ ਸ਼ਿਰਕਤ ਕੀਤੀ ਇੱਕ ਸਾਂਝੇ ਬਿਆਨ ਦੇ ਵਿੱਚ ਤਕਨੀਕੀ ਨੇਤਾਵਾਂ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਮੋਦੀ ਦੀ ਅਮਰੀਕਾ ਦੌਰੇ ਸਬੰਧੀ ਉਤਸ਼ਾਹੀ ਥਨ ਅਤੇ ਉਮੀਦ ਕਰਦੇ ਹਨ ਕਿ ਭਾਰਤੀ ਪ੍ਰਧਾਨ ਮੰਤਰੀ ਅਤੇ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦਰਮਿਆਨ ਦਵੱਲੀ ਮੀਟਿੰਗ ਦੋਵਾਂ ਦੇਸ਼ਾਂ ਦਰਮਿਆਨ ਸਾਂਝੇਦਾਰੀ ਦੇ ਨਵੇਂ ਰਾਹ ਖੋਲੇਗੀ ਕਾਨਫਰੰਸ ਦੇ ਵਿੱਚ ਸੰਬੋਧਨ ਕਰਦੇ ਆ ਆਈਐਮਐਫ ਕਨਵੀਨਰ ਅਤੇ ਐਨ ਆਈ ਡੀ ਦੇ ਮੁਖ ਸਰਪਲਸ ਸਤਨਾਮ ਸਿੰਘ ਸੰਧੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਵੱਲੀ ਗੱਲਬਾਤ ਲਈ ਸੁਬਾਈ ਸੱਦਾ ਦੇਣ ਲਈ ਅਮਰੀਕੀ ਸਰਕਾਰ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਇਤਿਹਾਸਿਕ ਦੌਰਾ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਨਵੀਆਂ ਉਚਾਈਆਂ ਤੇ ਲੈ ਜਾਵੇਗਾ ਇਹ ਭਾਰਤ ਦੇ ਕਿਸੇ ਵੀ ਪ੍ਰਧਾਨ ਮੰਤਰੀ ਦਾ ਇਤਿਹਾਸਿਕ ਸਰਕਾਰੀ ਦੌਰਾ ਹੈ ਜੋ ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਜੋ ਬਾਈਡਨ ਦਰਮਿਆਨ ਡੂੰਗੀ ਦੋਸਤੀ ਨੂੰ ਦਰਸਾਉਂਦਾ ਹੈ ਪੀਐਮ ਮੋਦੀ ਦੀ ਅਗਵਾਈ ਦੇ ਵਿੱਚ ਭਾਰਤ ਅਮਰੀਕਾ ਪਾਈ ਵਾਲੀ ਨਵੀਂ ਉਚਾਈ ਤੇ ਪਹੁੰਚੀ ਹੈ ਰਾਸ਼ਟਰਪਤੀ ਜੋ ਬਾਈਡਨ ਇੱਕ ਗਲੋਬਲ ਨੇਤਾ ਹਨ ਇੱਕ ਸੂਝਵਾਨ ਰਾਜਨੀਤਾ ਹੈ ਜੋ ਆਪਣੇ ਜਮਹੂਰੀ ਕਦਰਾਂ ਕੀਮਤਾਂ ਅਤੇ ਵਿਚਾਰਾਂ ਦੇ ਲਈ ਅਮਰੀਕੀ ਨਾਗਰਿਕਾਂ ਖਾਸ ਕਰਕੇ ਭਾਰਤੀ ਪ੍ਰਵਾਸੀਆਂ ਦੇ ਵਿੱਚ ਬਹੁਤ ਪ੍ਰਸਿੱਧ ਹਨ ਅਮਰੀਕਾ ਦੇ ਆਈਡਾਹੋ ਸੂਬੇ ਦੀ ਪੁਲਿਸ ਨੇ ਸੋਮਵਾਰ ਨੂੰ ਦੱਸਿਆ ਕਿ ਉਹ ਛੋਟੇ ਸ਼ਹਿਰ ਕੈ ਲੋਗ ਵਿੱਚ ਇੱਕ ਗੋਲੀਬਾਰੀ ਦੀ ਜਾਂਚ ਕਰ ਰਹੇ ਹਨ ਜਿਸ ਵਿੱਚ 4 ਲੋਕਾਂ ਦੀ ਮੌਤ ਹੋ ਗਈ ਹੈ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਆਈਡਾਹੋ ਸਟੇਟ ਪੁਲਿਸ ਨੇ ਇੱਕ ਨਿਊਜ਼ ਰਿਲੀਜ਼ ਦੇ ਵਿੱਚ ਕਿਹਾ ਕਿ ਸ਼ੋਸ਼ੋਨ ਕਾਉਂਟੀ ਡਿਸਪੈਚ ਸੈਂਟਰ ਨੂੰ ਐਤਵਾਰ ਸ਼ਾਮ ਨੂੰ 911 ਤੇ ਇੱਕ ਕਾਲ ਪ੍ਰਾਪਤ ਹੋਈ ਸੀ ਜਿਸ ਤੋਂ ਪਤਾ ਲੱਗਦਾ ਹੈ ਕਿ ਕੈ ਲੋਗ ਦੇ ਵਿੱਚ ਇੱਕ ਨਿਵਾਸ ਦੇ ਅੰਦਰ ਕਈ ਲੋਕ ਮਾਰੇ ਗਏ ਸਨ ਰਿਲੀਜ਼ ਅਨੁਸਾਰ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੇ ਚਾਰ ਲੋਕਾਂ ਨੂੰ ਮਰੇ ਹੋਏ ਪਾਇਆ ਜਦੋਂ ਉਹ ਉੱਥੇ ਪਹੁੰਚੇ ਅਤੇ ਇੱਕ 31 ਸਾਲਾ ਪੁਰਸ਼ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਜੋ ਮੋਤਾ ਦੇ ਨਾਲ ਜੁੜਿਆ ਮੰਨਿਆ ਜਾਂਦਾ ਹੈ ਪੁਲਿਸ ਨੇ ਇੱਕ ਲੋਕ ਵਿੱਚ ਇੱਕ ਅਪਾਰਟਮੈਂਟ ਕੰਪਲੈਕਸ ਦੇ ਕੁਝ ਹਿੱਸਿਆਂ ਨੂੰ ਬੰਦ ਕਰ ਦਿੱਤਾ ਹੈ ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ ਗੋਲੀਬਾਰੀ ਐਤਵਾਰ ਨੂੰ ਮਾਊਂਟੇਨ 뷰 ਕਾਂਗਰੈਸ਼ਨਲ ਚਰਚ ਦੇ ਪਿੱਛੇ ਬਹੁ ਨਿਵਾਸ ਯੂਨਿਟਾਂ ਵਿੱਚ ਹੋਈ ਸੀਬੀਆਈ ਪੁਲਿਸ ਨੇ ਕਿਹਾ ਕਿ ਕਾਨੂੰਨ ਲਾਗੂ ਕਰਨ ਵਾਲਿਆਂ ਨੇ ਅਜੇ ਤੱਕ ਪੀੜਤਾ ਜਾਂ ਸ਼ੱਕੀ ਦੀ ਪਛਾਣ ਨਹੀਂ ਕੀਤੀ ਹੈ ਅਤੇ ਉਹ ਮੰਨਦੇ ਹਨ ਕਿ ਪਾਈਚਾਰੇ ਦੇ ਲਈ ਕੋਈ ਵਾਧੂ ਖਤਰਾ ਨਹੀਂ ਹੈ। ਵਿਗਿਆਨੀਆਂ ਨੇ ਮੰਗਲਵਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਹਿਮਾਲਿਆ ਦੇ ਗਲੇਸ਼ੀਅਰ ਜੋ ਲਗਭਗ 2 ਅਰਬ ਲੋਕਾਂ ਦੇ ਲਈ ਜ਼ਰੂਰੀ ਪਾਣੀ ਪ੍ਰਦਾਨ ਕਰਦੇ ਹਨ ਜਲਵਾਯੂ ਪਰਿਵਰਤਨ ਕਾਰਨ ਪਹਿਲਾਂ ਨਾਲੋਂ ਤੇਜ਼ੀ ਦੇ ਨਾਲ ਪਿਘਲ ਰਹੇ ਹਨ। ਹਿਮਾਲੀਅਨ ਗਲੇਸ਼ੀਰਾਂ ਦੇ ਪਿਗਲਣ ਕਾਰਨ ਪਾਈਚਾਰਿਆਂ ਨੂੰ ਅਚਾਨਕ ਅਤੇ ਮਹਿੰਗੀਆਂ ਆਫ਼ਤਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੰਟਰਨੈਸ਼ਨਲ ਸੈਂਟਰ ਫੋਰ ਇੰਟੀਗ੍ਰੇਟਿਡ ਮਾਉਂਟੇਨ ਡਿਵੈਲਪਮੈਂਟ ਦੀ ਇੱਕ ਰਿਪੋਰਟ ਦੇ ਅਨੁਸਾਰ ਪਿਛਲੇ ਦਹਾਕੇ ਦੇ ਮੁਕਾਬਲੇ 2011 ਤੋਂ 2020 ਤੱਕ ਗਲੇਸ਼ੀਅਰ ਜਿਹੜਾ ਹੈ 65% ਤੇਜ਼ੀ ਦੇ ਨਾਲ ਪਿਘਲ ਰਹੇ ਹਨ ਪ੍ਰਮੁੱਖ ਲੇਖਕ ਫਿਲਿਪ ਵੈਸਟਰ ਨੇ ਏਐਫਪੀ ਨਿਊਜ਼ ਏਜੰਸੀ ਨੂੰ ਦੱਸਿਆ ਕਿ ਜਿਸ ਰਫਤਾਰ ਦੇ ਨਾਲ ਬਰਫ਼ ਪਿਘਲ ਰਹੀ ਹੈ ਉਹ ਬੇਮਿਸਾਲ ਅਤੇ ਚਿੰਤਾਜਨਕ ਸੀ ਉਸਨੇ ਅੱਗੇ ਵੀ ਕਿਹਾ ਕਿ ਸਾਨੂੰ ਨਹੀਂ ਪਤਾ ਸੀ ਕਿ ਇਹ ਐਨੀ ਤੇਜ਼ੀ ਦੇ ਨਾਲ ਅੱਗੇ ਵਧੇਗਾ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਹਿੰਦੂ ਕੁਸ਼ੀ ਹਿਮਾਲਿਆ ਖੇਤਰ ਵਿੱਚ ਗਲੇਸ਼ੀਅਰ ਪਹਾੜੀ ਖੇਤਰਾ ਦੇ ਲਗਭਗ 240 ਮਿਲੀਅਨ ਲੋਕਾਂ ਦੇ ਨਾਲ-ਨਾਲ ਨਦੀ ਬੇਸੀਨਾ ਵਿੱਚ ਹੋਰ ਇੱਕ ਇਕ 0.65 ਬਿਲੀਅਨ ਲੋਕਾਂ ਦੇ ਲਈ ਇੱਕ ਮਹੱਤਵਪੂਰਨ ਪਾਣੀ ਦਾ ਸਰੋਤ ਹੈ 네ਪਾਲ ਅਧਾਰਿਤ ICIMOD ਇੱਕ ਅੰਤਰ ਸਰਕਾਰੀ ਸੰਸਥਾ ਜਿਸ ਵਿੱਚ ਮੈਂਬਰ ਦੇਸ਼ ਅਫਗਾਨਿਸਤਾਨ ਬੰਗਲਾਦੇਸ਼ ਭੂਟਾਨ ਚੀਨ ਭਾਰਤ ਮਿਆਮਾਰ ਅਤੇ ਪਾਕਿਸਤਾਨ ਵੀ ਸ਼ਾਮਲ ਹਨ ਉਹਨਾਂ ਨੇ ਕਿਹਾ ਕਿ ਮੌਜੂਦਾ ਨਿਕਾਸੀ ਚਾਲ ਦੇ ਦਰ ਤੇ ਗਲੇਸ਼ੀਅਰ ਅੰਤ ਤੱਕ ਆਪਣੀ ਮੌਜੂਦਾ ਮਾਤਰਾ ਦਾ 80% ਤੱਕ ਸੁੰਗੜ ਸਕਦਾ ਹੈ ਸਦੀ ਤੱਕ ਗਵਾ ਸਕਦਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੌਰੇ ਤੇ ਰਵਾਨਾ ਹੋ ਗਏ ਹਨ ਅਤੇ ਇਸ ਤੋਂ ਪਹਿਲਾਂ ਉਹਨਾਂ ਨੇ ਅਮਰੀਕੀ ਅਖਬਾਰ ਨੂੰ ਇੰਟਰਵਿਊ ਵੀ ਦਿੱਤਾ ਹੈ। ਇਸ ਇੰਟਰਵਿਊ ਦੌਰਾਨ ਪੀਐਮ ਮੋਦੀ ਨੇ ਕਈ ਵੱਡੇ ਮੁੱਦਿਆਂ ਤੇ ਗੱਲ ਕੀਤੀ। ਉਹਨਾਂ ਨੇ ਭਾਰਤ-ਅਮਰੀਕਾ ਸਬੰਧਾਂ, ਰੂਸ-ਯੂਕਰੇਨ ਯੁੱਧ ਅਤੇ ਭਾਰਤ-ਚੀਨ ਸਰਹੱਦੀ ਮੁੱਦਿਆਂ ਤੇ ਵੀ ਆਪਣਾ ਪੱਖ ਪੇਸ਼ ਕੀਤਾ। ਪੀਐਮ ਮੋਦੀ ਦੀ ਇਸ ਯਾਤਰਾ ਨੂੰ ਭਾਰਤ-ਅਮਰੀਕਾ ਦੁਵੱਲੇ ਸਬੰਧਾਂ ਦੀ ਮਜ਼ਬੂਤੀ ਦੇ ਲਈ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਇੱਕ ਇੰਟਰਵਿਊ ਦੇ ਵਿੱਚ ਪੀਐਮ ਨਰਿੰਦਰ ਮੋਦੀ ਨੂੰ ਰੂਸ-ਯੂਕਰੇਨ ਯੁੱਧ ਬਾਰੇ ਪੁੱਛਿਆ ਗਿਆ ਸੀ ਜ ਜਵਾਬ ਦੇ ਵਿੱਚ ਪੀਆ ਮੋਦੀ ਨੇ ਕਿਹਾ ਕਿ ਭਾਰਤ ਸ਼ਾਂਤੀ ਦੇ ਪੱਖ ਵਿੱਚ ਹੈ ਅਤੇ ਸ਼ਾਂਤੀ ਭਾਰਤ ਦੀ ਤਰਜੀਹ ਹੈ। ਉਹਨਾਂ ਨੇ ਵੀ ਕਿਹਾ ਕਿ ਸਾਰੇ ਦੇਸ਼ਾਂ ਨੂੰ ਅੰਤਰਰਾਸ਼ਟਰੀ ਕਾਨੂੰਨ ਅਤੇ ਦੇਸ਼ਾਂ ਦੀ ਪ੍ਰਭੂਸੱਤਾ ਦਾ ਸਨਮਾਨ ਕਰਨਾ ਚਾਹੀਦਾ ਹੈ। ਵਿਵਾਦਾਂ ਨੂੰ ਕੂਟਨੀਤੀ ਅਤੇ ਗੱਲਬਾਤ ਰਾਹੀਂ ਹੱਲ ਕਰਨਾ ਚਾਹੀਦਾ ਹੈ ਨਾ ਕਿ ਯੁੱਧ ਦੇ ਨਾਲ। ਕੁਝ ਲੋਕ ਕਹਿੰਦੇ ਹਨ ਕਿ ਅਸੀਂ ਨਿਰਪੱਖ ਹਾਂ ਪਰ ਅਸੀਂ ਨਿਰਪੱਖ ਨਹੀਂ ਹਾਂ ਦੁਨੀਆ ਨੂੰ ਪੂਰਾ ਭਰੋਸਾ ਹੈ ਕਿ ਭਾਰਤ ਦੀ ਸਭ ਤੋਂ ਵੱਡੀ ਤਰਜੀਹ ਸ਼ਾਂਤੀ ਹੈ ਇਸੇ ਨਾਲ ਹੀ ਪੀਐਮ ਮੋਦੀ ਨੇ ਇੰਟਰਵਿਊ ਦੌਰਾਨ ਅਮਰੀਕਾ ਪਹੁੰਚਣ ਤੋਂ ਪਹਿਲਾਂ ਹੀ ਚੀਨ ਨੂੰ ਚੇਤਾਵਨੀ ਦੇ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਐਲਏਸੀ ਦੇ ਨਾਲ ਸ਼ਾਂਤੀ ਦੀ ਬਹਾਲੀ ਚੀਨ ਦੇ ਨਾਲ ਦੁਬਲੇ ਸਬੰਧਾਂ ਲਈ ਜ਼ਰੂਰੀ ਹੈ ਸਾਡਾ ਪ੍ਰਭੂ ਸੱਤਾ ਅਤੇ ਖੇਤਰੀ ਅਖੰਡਤਾ ਦਾ ਸਨਮਾਨ ਕਰਨਾ ਕਾਨੂੰਨ ਤੇ ਸ਼ਾਸਨ ਦਾ ਪਾਲਣ ਕਰਨ ਅਤੇ મતਪੇਦਾਂ ਅਤੇ ਵਿਵਾਦਾਂ ਦੇ ਸ਼ਾਂਤੀਪੂਰਨ ਹੱਲ ਵਿੱਚ ਮੁੱਖ ਵਿਸ਼ਵਾਸ ਹੈ। ਇਸ ਨਾਲ ਹੀ ਅਸੀਂ ਭਾਰਤ ਸਾਡੀ ਪ੍ਰਭੂਸੱਤਾ ਅਤੇ ਸਨਮਾਨ ਦੀ ਰੱਖਿਆ ਲਈ ਪੂਰੀ ਤਰ੍ਹਾਂ ਤਿਆਰ ਹਾਂ ਅਤੇ ਵਚਨਬੱਧ ਵੀ ਹਾਂ। ਪੀਐਮ ਮੋਦੀ ਨੇ ਕਿਹਾ ਕਿ ਚੀਨ ਦੇ ਨਾਲ ਆਮ ਦੁਵੱਲੇ ਸਬੰਧਾਂ ਲਈ ਸਰਹੱਦੀ ਖੇਤਰਾਂ ਵਿੱਚ ਸ਼ਾਂਤੀ ਜ਼ਰੂਰੀ ਹੈ। ਉਹਨਾਂ ਨੇ ਵੀ ਕਿਹਾ ਕਿ ਭਾਰਤ ਅਤੇ ਚੀਨ ਨੇ ਪਿਛਲੇ 3 ਸਾਲਾਂ ਦੇ ਵਿੱਚ ਪੱਛਮੀ ਹਿਮਾਲਿਆ 'ਚ ਵੱਡੀ ਗਿਣਤੀ 'ਚ ਫੌਜ ਅਤੇ ਉਪਕਰਣ ਤਾਇਨਾਤ ਕੀਤੇ ਹਨ ਜਿਸ 'ਚ ਵੀ ਭਾਰਤੀ ਅਤੇ ਚਾਰ ਚੀਨੀ 4G ਹੱਥ ਹੱਥ ਲੜਾਈ ਚ ਮਰ ਗਏ ਹਨ ਸਯੁਕਤ ਰਾਸ਼ਟਰ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਕਿਹਾ ਕਿ ਭਾਰਤ ਸਯੁਕਤ ਰਾਸ਼ਟਰ ਦਾ ਹਿੱਸਾ ਬਣਨਾ ਚਾਹੁੰਦਾ ਹੈ ਉਹਨਾਂ ਨੇ ਕਿਹਾ ਕਿ ਸਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਮੌਜੂਦਾ ਮੈਂਬਰਸ਼ਿਪ ਦੀ ਮੁਲਾਂਕਣ ਕੀਤਾ ਜਾਣਾ ਚਾਹੀਦਾ ਹੈ ਅਤੇ ਦੁਨੀਆ ਨੂੰ ਪੁੱਛਿਆ ਜਾਣਾ ਚਾਹੀਦਾ ਹੈ ਕਿ ਉਹ ਭਾਰਤ ਨੂੰ ਉੱਥੇ ਰੱਖਣਾ ਚਾਹੁੰਦਾ ਹੈ ਭਾਰਤ ਦੀ ਸਭ ਤੋਂ ਵੱਡੀ ਅਤੇ ਬਜਟ 에ਅਰਲਾਈਨ ਕੰਪਨੀ ਇੰਡੀਗੋ ਨੇ ਦੇਸ਼ ਦੇ ਇਤਿਹਾਸ ਦਾ ਸਭ ਤੋਂ ਵੱਡਾ ਆਰਡਰ ਦਿੱਤਾ ਹੈ ਕੰਪਨੀ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਉਹ ਆਪਣੇ ਬੇੜੇ ਦੇ ਵਿੱਚ 500 ਜਹਾਜ਼ ਸ਼ਾਮਲ ਕਰੇਗੀ। ਇਹ ਜਹਾਜ਼ 에ਅਰਬੱਸ ਨਿਊ ਪਰਿਵਾਰ ਯਾਨੀ ਕਿ 에ਅਰਬੱਸ ਨਿਊ ਫੈਮਿਲੀ ਨਾਲ ਸੰਬੰਧਿਤ ਹੋਣਗੇ। ਇਸ ਤੋਂ ਪਹਿਲਾਂ 에ਅਰ ਇੰਡੀਆ ਨੇ ਭਾਰਤੀ ਇਤਿਹਾਸ ਦਾ ਸਭ ਤੋਂ ਵੱਡਾ ਆਰਡਰ ਦਿੱਤਾ ਸੀ। 에ਅਰ ਇੰਡੀਆ ਨੇ ਵੀ 2023 ਦੇ ਵਿੱਚ ਹੀ 470 ਜਹਾਜ਼ਾਂ ਦਾ ਆਰਡਰ ਦਿੱਤਾ ਸੀ। ਭਾਰਤੀ ਬਜਟ 에ਅਰਲਾਈਨ ਇੰਡੀਗੋ ਨੇ ਪੈਰਿਸ 'ਚ ਚੱਲ ਰਹੇ 에ਅਰ ਸ਼ੋਅ ਦੌਰਾਨ ਇਹ ਐਲਾਨ ਕੀਤਾ ਹੈ। ਇਹ ਜਹਾਜ਼ ਕੰਪਨੀ ਨੂੰ 2030 ਤੋਂ 2035 ਤੱਕ ਸਪਲਾਈ ਕੀਤੇ ਜਾਣਗੇ। ਅਜਿਹਾ ਨਹੀਂ ਹੈ ਕਿ ਇੰਡੀਗੋ ਨੇ ਸਿਰਫ 500 ਜਹਾਜ਼ਾਂ ਦਾ ਆਰਡਰ ਦੇ ਕੇ ਭਾਰਤੀ ਜਹਾਵਾਬਾਜ਼ੀ ਇਤਿਹਾਸ ਵਿੱਚ ਰਿਕਾਰਡ ਬਣਾਇਆ ਹੈ। ਕੰਪਨੀ ਨੇ 에ਅਰਬੱਸ ਨਾਲ ਹੁਣ ਤੱਕ ਦਾ ਸਭ ਤੋਂ ਵੱਡਾ ਸਮਝੌਤਾ ਵੀ ਕੀਤਾ ਹੈ। ਇੰਡੀਗੋ ਨੇ ਆਪਣੇ ਬਿਆਨ ਦੇ ਵਿੱਚ ਕਿਹਾ ਕਿ ਜਹਾਜ਼ ਦੇ ਇੰਜਣ ਨੂੰ ਅਜੇ ਫਾਈਨਲ ਨਹੀਂ ਕੀਤਾ ਗਿਆ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਇਹ A320 ਅਤੇ A321 ਸ਼੍ਰੇਣੀ ਦੇ ਇੰਜਨਾਂ ਦਾ ਮਿਕਸ ਆਰਡਰ ਹੋਵੇਗਾ। ਇਸ ਆਦੇਸ਼ ਦੇ ਦੀ ਹੀ ਕੰਪਨੀ ਬੋਰਡ ਮੀਟਿੰਗ ਦੇ ਵਿੱਚ ਮਲਾਂਕਨ ਕੀਤਾ ਜਾਵੇਗਾ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਦੇ ਪ੍ਰਧਾਨ ਅਤੇ ਸਿਕਸ ਫੋਰ ਜਸਟਿਸ ਦੇ ਆਗੂ ਪਾਈ ਹਰਦੀਪ ਸਿੰਘ ਨਿੱਜਰ ਦੀ ਬੀਤੀ ਸ਼ਾਮ ਗੁਰਦੁਆਰਾ ਪਾਰਕਿੰਗ ਦੇ ਵਿੱਚ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਕੀਤੀ ਗਈ ਹੱਤਿਆ ਸਬੰਧੀ ਪੁਲਿਸ ਜਾਂਚ ਏਜੰਸੀ ਆਹਿੱਟ ਵੱਲੋਂ ਇੱਕ ਪ੍ਰੈਸ ਕਾਨਫਰੰਸ ਬੁਲਾਈ ਗਈ ਹੈ ਜਿਸ ਵਿੱਚ ਦੱਸਿਆ ਗਿਆ ਹੈ ਕਿ ਐਤਵਾਰ ਰਾਤ 8:30 ਵਜੇ ਦੇ ਕਰੀਬ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਲੋਟ ਵਿੱਚ ਇੱਕ ਵਾਹਨ ਵਿੱਚ ਹਰਦੀਪ ਸਿੰਘ ਨਿੱਜਰ ਨੂੰ ਗੰਭੀਰ ਜ਼ਖਮੀ ਹਾਲਤ ਦੇ ਵਿੱਚ ਪਾਇਆ ਗਿਆ ਅਤੇ ਇਲਾਜ ਸ਼ੁਰੂ ਕਰਨ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ ਸੀ ਆਹਿੱਟ ਦੇ ਸਰਜੈਂਟ ਮੋਤੀ ਬਿਰੋਟੀ ਨੇ ਦੱਸਿਆ ਕਿ ਅਸੀਂ ਆਪਣੀ ਜਾਂਚ ਦੇ ਸ਼ੁਰੂਆਤੀ ਪੜਾਅ ਦੇ ਵਿੱਚ ਹਾਂ ਅਸੀਂ ਸਮਝਦੇ ਹਾਂ ਕਿ ਇਸ ਕਤਲ ਦੇ ਇਰਾਦੇ ਬਾਰੇ ਬਹੁਤ ਸਾਰੀਆਂ ਅਟਕਲਾਂ ਲਾਈਆਂ ਜਾਂ ਹਾਂ ਪਰ ਅਸੀਂ ਆਪਣੀ ਜਾਂਚ ਲਈ ਤੱਥਾਂ ਅਤੇ ਸਬੂਤਾਂ ਤੱਕ ਪਹੁੰਚਣ ਦੇ ਲਈ जुटे ਹੋਏ ਹਾਂ ਉਹਨਾਂ ਨੇ ਵੀ ਕਿਹਾ ਕਿ ਸਾਨੂੰ ਪਤਾ ਹੈ ਕਿ ਗੋਲੀਬਾਰੀ ਦੇ ਸਮੇਂ ਬਹੁਤ ਸਾਰੇ ਲੋਕ ਮੌਜੂਦ ਸਨ ਸਾਡੇ ਲਈ ਇਹ ਮਹੱਤਵਪੂਰਨ ਹੈ ਕਿ ਉਸ ਸਮੇਂ ਮੌਜੂਦ ਹਰੇਕ ਵਿਅਕਤੀ ਨਾਲ ਗੱਲ ਕੀਤੀ ਜਾਵੇ ਜੇ ਕਿਸੇ ਕੋਲ ਜਾਣਕਾਰੀ ਹੋਵੇ ਤਾਂ ਤੁਰੰਤ ਅਹਿਟ ਨਾਲ ਸੰਪਰਕ ਕੀਤਾ ਜਾਵੇ ਵਰਣਨਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਮੀਡੀਆ ਨਾਲ ਆਪਣੀ ਇੰਟਰਵਿਊ ਦੌਰਾਨ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਹਰਦੀਪ ਸਿੰਘ ਨਿੱਜਰ ਨੇ ਆਪਣੇ ਉੱਪਰ ਸੰਭਾਵਿਤ ਹਮਲਾਕੀਤੇ ਜਾਨ ਪ੍ਰਤੀ ਖੱਸ਼ਾ ਜਾਹਿਰ ਕੀਤਾ ਸੀ ਸਥਾਨਕ ਸਿੱਖ ਸੰਗਤਾਂ ਵੱਲੋਂ ਗੋਲੀਬਾਰੀ ਦੇ ਕੁਝ ਘੰਟਿਆਂ ਬਾਅਦ ਗੁਰਦੁਆਰਾ ਸਾਹਿਬ ਦੇ ਸਾਹਮਣੇ ਸਕਾਟ ਰੋਡ ਤੇ ਪ੍ਰਦਰਸ਼ਨ ਕੀਤਾ ਗਿਆ ਅਤੇ ਸੜਕ ਤੇ ਧਰਨਾ ਲਾ ਦਿੱਤਾ ਗਿਆ ਸੋਮਵਾਰ ਸਵੇਰੇ 7:30 ਵਜੇ ਦੇ ਕਰੀਬ ਆਰਸੀਐਮਪੀ ਦੀ ਬੇਨਤੀ ਤੇ ਇਸ ਸੜਕ ਨੂੰ ਖੁਲਵਾਇਆ ਗਿਆ ਇਸ ਮੌਕੇ ਤੇ ਹੋਰ ਵੀ ਜਥੇਬੰਦੀਆਂ ਦੇ ਬੁਲਾਰੇ ਮੌਜੂਦ ਰਹੇ ਇਸ ਦੌਰਾਨ ਬੀਸੀ6 ਵੱਲੋਂ ਆਪਣੇ ਫੇਸਬੁੱਕ ਪੇਜ ਉੱਪਰ ਪਾਈ ਗਈ ਇੱਕ ਪੋਸਟ ਵਿੱਚ ਕਿਹਾ ਗਿਆ ਕਿ ਅਸੀਂ ਇੱਕ ਬਹਾਦਰ ਯੋਧੇ ਦੇ ਮੋਤ ਦਾ ਸਨਮਾਨ ਕਰਦੇ ਹਾਂ ਅਤੇ ਐਲਾਨ ਕਰਦੇ ਹਾਂ ਕਿ ਬਹੁਤ ਸਾਰੇ ਹੋਰ ਉਠਣਗੇ ਬੀਸੀਸੀ ਕੌਮ ਨੂੰ ਅੱਜ ਰਾਤ ਕਾਇਰਾਂ ਹੱਥੋਂ ਨਾ ਪੂਰਾ ਹੋਣ ਵਾਲਾ ਸਰੀਰਕ ਨੁਕਸਾਨ ਹੋਇਆ ਹੈ ਨੀਡਰ ਕਾਰਕੂਨ ਅਤੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੇ ਅਨਥਕ ਪ੍ਰਦਾਨ ਪਾਈ ਹਰਦੀਪ ਸਿੰਘ ਨਿੱਜਰ ਨੂੰ ਦੋ ਬੰਦੂਕ ਤਾਰੀਆਂ ਨੇ ਗੁਰਦੁਆਰਾ ਦੀ ਪਾਰਕਿੰਗ ਤੋਂ ਬਾਹਰ ਨਿਕਲਦੇ ਪਿਕਅਪ ਟਰੱਕ ਵਿੱਚ ਗੋਲੀ ਮਾਰ ਦਿੱਤੀ। ਖਾਲਿਸਤਾਨ ਜਿੰਦਾਬਾਦ ਲਿਖਦਿਆਂ ਕਿਹਾ ਗਿਆ ਕਿ ਬੇਸ਼ੱਕ ਉਹ ਸਰੀਰਕ ਤੌਰ ਤੇ ਮਰ ਗਏ ਹਨ ਪਰ ਉਹਨਾਂ ਦੀ ਵਿਚਾਰਧਾਰਾ ਇੱਥੋਂ ਹੀ ਤੇਜ਼ੀ ਨਾਲ ਵਧੇਗੀ। ਪਾਈ ਹਰਦੀਪ ਸਿੰਘ ਨਿੱਜਰ, ਪਾਈ ਪੰਜਵਾੜ, ਪਾਈ ਖੰਡਾ ਅਤੇ ਹੋਰ ਹੋਰਾਂ ਵੱਲੋਂ ਜੋ ਲੜਾਈ ਲੜੀ ਗਈ ਹੈ ਉਹ ਜਾਰੀ ਰੱਖੀ ਜਾਵੇਗੀ। ਜ਼ਿਕਰ ਯੋਗ ਹੈ ਕਿ ਪਿਛਲੇ ਦਿਨੀ ਸਰੀ ਵਿੱਚ ਭਾਰਤੀ ਹਾਈ ਕਮਿਸ਼ਨਰ ਦੀ ਆਮਦ ਉੱਪਰ ਪਾਰੀ ਰੋਸ ਮਜਾਰੇ ਦੀ ਅਗਵਾਈ ਹਰਦੀਪ ਸਿੰਘ ਨਿੱਜਰ ਵੱਲੋਂ ਹੀ ਕੀਤੀ ਗਈ ਸੀ। ਖਾਲਿਸਤਾਨੀ ਸੰਘਰਸ਼ ਦੇ ਆਗੂ ਵਜੋਂ ਉਹਨਾਂ ਦੀ ਕੈਨੇਡਾ ਦੇ ਸ਼ਹਿਰ ਬ੍ਰੈਮਟਨ ਵਿੱਚ ਹੋਏ ਖਾਲਿਸਤਾਨ ਰੈਫਰੈਂਡਮ ਵਿੱਚ ਅਹਿਮ ਭੂਮਿਕਾ ਸੀ। ਸਰੀ ਵਿੱਚ ਰਹਿਣ ਵਾਲੇ 46 ਸਾਲਾ ਦੇ ਹਰਦੀਪ ਸਿੰਘ ਨਿੱਜਰ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਪਿੰਡ ਹਰ ਸਿੰਘਪੁਰ ਨਾਲ ਸੰਬੰਧਿਤ ਹਨ। ਭਾਰਤ ਵਿੱਚ NIA ਵੱਲੋਂ ਉਹਨਾਂ ਦੀ ਗ੍ਰਿਫਤਾਰੀ ਦੇ ਲਈ 10 ਲੱਖ ਦਾ ਇਨਾਮ ਵੀ ਰੱਖਿਆ ਹੋਇਆ ਸੀ ਅਤੇ ਕੈਨੇਡਾ ਸਰਕਾਰ ਤੋ ਉਹਨਾਂ ਦੀ ਹਵਾਲਗੀ ਮੰਗੀ ਜਾ ਰਹੀ ਸੀ ਸਾਲ 2015 ਵਿੱਚ ਭਾਰਤੀ ਏਜੰਸੀਆਂ ਵੱਲੋਂ ਉਹਨਾਂ ਉੱਪਰ ਕੈਨੇਡਾ ਦੇ ਵਿੱਚ ਕਾਲਿਸਤਾਨੀ ਸੰਘਰਸ਼ ਲਈ ਮਿਸ਼ਨ ਸ਼ਹਿਰ ਵਿੱਚ ਇੱਕ ਟ੍ਰੇਨਿੰਗ ਕੈਂਪ ਲਾਏ ਜਾਣ ਦੇ ਵਿੱਚ ਦੋਸ਼ ਲਗਾਏ ਗਏ ਸਨ ਸਰਦਾਰ ਹਰਦੀਪ ਸਿੰਘ ਨਿੱਜਰ ਦੇ ਕਤਲ ਦੇ ਇਨਸਾਫ ਦੇ ਲਈ ਅੱਜ ਸ਼ਾਮ ਗੁਰੂ ਨਾਨਕ ਸਿੰਘ ਗੁਰਦੁਆਰਾ ਸਰੀ ਵਿਖੇ ਸੰਗਤਾਂ ਦਾ ਵੱਡਾ ਇਕੱਠ ਦੇਖਿਆ ਗਿਆ ਜਿਸ ਵਿੱਚ ਚੁਣੇ ਹੋਏ ਨੁਮਾਇੰਦੇ ਸਮੇਤ ਕਈ ਬੁਲਾਰੇ ਹਾਜ਼ਰ ਰਹੇ ਅਮਰੀਕਾ ਤੇ ਕੈਨੇਡਾ ਦੇ ਵਿੱਚ ਭਾਰਤੀ ਦੂਤਾਵਾਸਾ ਤੇ ਹੋਏ ਹਮਲਿਆਂ ਦੀ ਜਾਂਚ ਰਾਸ਼ਟਰੀ ਜਾਂਚ ਏਜੰਸੀ ਕਰ ਰਹੀ ਹੈ ਮਾਰਚ ਦੇ ਵਿੱਚ ਖਾਲਿਸਤਾਨ ਸਮਰਥਕਾਂ ਨੇ ਦੋ ਵਾ ਦੇਸ਼ਾਂ ਦੇ ਭਾਰਤੀ ਮਿਸ਼ਨਾਂ ਤੇ ਹਮਲਾ ਕੀਤਾ ਸੀ ਇਸ ਤੋਂ ਇਲਾਵਾ ਇੰਗਲੈਂਡ ਚ ਭਾਰਤੀ ਹਾਈ ਕਮਿਸ਼ਨ ਚ ਹਿੰਸਕ ਪ੍ਰਦਰਸ਼ਨ ਅਤੇ ਤੋੜਫੋੜ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ ਜਿਸ ਦੀ ਜਾਂਚ ਵੀ ਐਨ ਆਈ ਏ ਕਰ ਰਹੀ ਹੈ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਮਾਰਚ ਵਿੱਚ ਹੋਏ ਹਮਲਿਆਂ ਤੇ ਸਬੰਧ ਵਿੱਚ ਗੈਰ ਕਾਨੂੰਨੀ ਗਤੀਵਿਧੀਆਂ ਐਕਟ ਦੇ ਤਹਿਤ ਐਫ ਆਈ ਆਰ ਦਰਜ ਕੀਤੀ ਸੀ ਨ ਆਈਏ ਨੇ ਕੈਨੇਡਾ ਅਤੇ ਅਮਰੀਕਾ ਦੇ ਵਿੱਚ ਭਾਰਤੀ ਵਿਨਜ ਦੂਤਕਾਰ ਦੇ ਸਾਹਮਣੇ ਹਿੰਸਕ ਪ੍ਰਦਰਸ਼ਨਾਂ ਦੇ ਮਾਮਲੇ ਵਿੱਚ ਕੇਸ ਦਰਜ ਕੀਤਾ ਹੈ ਜਾਂਚ ਏਜੰਸੀ ਦੀ ਟੀਮ ਜਲਦ ਹੀ ਅਮਰੀਕਾ ਅਤੇ ਕੈਨੇਡਾ ਦੇ ਵਿੱਚ ਜਾ ਸਕਦੀ ਹੈ ਜਾਣਕਾਰੀ ਮੁਤਾਬਕ ਕੇਂਦਰੀ ਗ੍ਰਹਿ ਮੰਤਰਾਲੇ ਨੇ ਇਹ ਮਾਮਲਾ ਐਨ ਆਈਏ ਨੂੰ ਸੌਂਪ ਦਿੱਤਾ ਹੈ ਇਸ ਤੋਂ ਬਾਅਦ ਐਨ ਆਈਏ ਨੇ ਐਫ ਆਈ ਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਕੈਨੇਡਾ ਚ ਭਾਰਤੀ ਹਾਈ ਕਮਿਸ਼ਨ ਤੇ ਹਮਲੇ ਦੌਰਾਨ ਗ੍ਰੇਨੇਡ ਵੀ ਸੁੱਟਿਆ ਗਿਆ ਸੀ ਇਸ ਲਈ ਐਨ ਆਈਏ ਨੇ ਇਸ ਮਾਮਲੇ ਦੇ ਵਿੱਚ ਯੂ ਐਪੀਏ ਅਤੇ ਐਕਸਪਲੋਸਿਵ ਐਕਟ ਤਹਿਤ ਕੇਸ ਦਰਜ ਕੀਤਾ ਹੈ ਹਮਲੇ ਚ ਖਾਲਿਸਤਾਨੀ ਅਤਵਾਦੀਆਂ ਦੇ ਸਹਿਯੋਗ ਲਿੰਕ ਦੀ ਜਾਣਕਾਰੀ ਸਾਹਮਣੇ ਆਈ ਹੈ ਇਸੇ ਸਾਲ ਮਾਰਚ 2023 ਦੇ ਵਿੱਚ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਸੈਨ ਫ੍ਰਾਂਸਿਸਕੋ ਕੈਨੇਡਾ ਅਤੇ ਅਮਰੀਕਾ ਦੇ ਵਿੱਚ ਭਾਰਤੀ ਵਿਨੋਜ ਜਤੂਤਾਵਾਸ ਉੱਤੇ ਹਮਲੇ ਦੇ ਸਬੰਧ ਵਿੱਚ ਐਫ ਆਈ ਆਰ ਦਰਜ ਕੀਤੀ ਸੀ ਇਸ ਤੋਂ ਪਹਿਲਾਂ ਐਨ ਆਈ ਐ ਵੱਲੋਂ ਤਿਰੰਗੇ ਚੰਡੇ ਦੇ ਪਬਾਂ ਸਬੰਧੀ ਮਾਮਲਾ ਦਰਜ ਕਰਕੇ ਲੰਡਨ ਸਥਿਤ ਭਾਰਤੀ ਹਾਈ ਕਮਿਸ਼ਨ ਦੇ ਹੋਏ ਹਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਐਨ ਆਈ ਐ ਦੀ ਟੀਮ ਜਾਂਚ ਲਈ ਲੰਡਨ ਗਈ ਹੋਈ ਸੀ ਅਤੇ 45 ਸ਼ੱਕੀ ਹਮਲਾਵਾਰਾਂ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਗਈਆਂ ਹਨ ਕਲਪਨਾ ਕਰੋ ਕਿ ਤੁਸੀਂ ਇੱਕ ਫਲਾਈਟ ਵਿੱਚ ਸਫ਼ਰ ਕਰ ਰਹੇ ਹੋ ਜੋ ਆਸਮਾਨ ਦੀ ਉਚਾਈ ਵਿੱਚ ਹਵਾ ਨਾਲ ਗੱਲਾਂ ਕਰਦਾ ਹੋਇਆ ਅੱਗੇ ਵਧ ਰਿਹਾ ਹੈ ਅਤੇ ਅਚਾਨਕ ਜਹਾਜ਼ ਦਾ ਗੇਟ ਖੁੱਲ ਜਾਵੇ ਕੀ ਹੋਵੇਗਾ ਯਕੀਨਨ ਤੁਸੀਂ ਵੀ ਆਪਣੀ ਸੁਧ-ਬੁਧ ਗਵਾ ਬੈਠੋਗੇ ਪਰ ਅਜਿਹਾ ਅਸਲ ਵਿੱਚ ਹੋਇਆ ਹੈ ਜਿਸ ਦੀ ਵੀਡੀਓ ਐਨੀ ਦਿਨੀ ਸੋਸ਼ਲ ਮੀਡੀਆ ਤੇ ਲੋਕਾਂ ਦੇ ਦਿਲਾਂ ਦੀ ਧੜਕਨ ਨੂੰ ਵਧਾ ਰਹੀ ਹੈ ਅਸਲ 'ਚ ਅਜਿਹਾ ਹੀ ਭਿਆਨਕ ਨਜ਼ਾਰਾ ਬ੍ਰਾਜ਼ੀਲ ਦੇ ਇੱਕ ਫਲਾਈਟ 'ਚ ਦੇਖਣ ਨੂੰ ਮਿਲਿਆ ਜਿੱਥੇ ਕਾਰਗੋ ਦਾ ਗੇਟ ਅਚਾਨਕ ਹਵਾ 'ਚ ਖੁੱਲ ਗਿਆ ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਸੌ ਲੂਇਸ ਤੋਂ ਸਾਲ ਵਾਡਰੋ ਚ ਜਾ ਰਿਹਾ ਸੀ ਕਲਿੱਪ ਚ ਹਵਾਈ ਜਹਾਜ਼ ਦਾ ਦਰਵਾਜ਼ਾ ਸਾਫ਼ ਦਿਖਾਈ ਦੇ ਰਿਹਾ ਹੈ ਜੋ ਅਧ ਹਵਾ ਚ ਖੁੱਲਦਾ ਹੈ ਵੀਡੀਓ ਚ ਦੇਖਿਆ ਜਾ ਸਕਦਾ ਹੈ ਕਿ ਫਲਾਈਟ ਦੇ ਅੰਦਰ ਤੇਜ਼ ਹਵਾ ਚੱਲ ਰਹੀ ਹੈ ਹਵਾ ਦੇ ਤੇਜ਼ ਰਖੜ ਉਡਾਨ ਦੇ ਅੰਦਰ ਉਹਨਾਂ ਦੇ ਵੇਖੇ ਜਾ ਸਕਦੇ ਹਨ ਇਸ ਦੌਰਾਨ ਫਲਾਈਟ ਦਾ ਗੇਟ ਖੁੱਲਾ ਅਤੇ ਹਵਾ ਚ ਉੱਡ ਰਿਹਾ ਹੈ ਅਤੇ ਆਸਮਾਨ ਚ ਤਾਰੇ ਦੇ ਬੱਦਲ ਸਾਫ਼ ਦਿਖਾਈ ਦੇ ਰਹੇ ਹਨ ਗੜਬੜ ਵਾਲੀਆਂ ਪੱਛਮੀ ਪੌੜਣਾ ਦੇ ਅਸਰ ਦੇ ਚਲਦਿਆਂ ਐਤਵਾਰ ਦੇ ਰਾਤ ਪੰਜਾਬ ਦੇ ਕਈ ਇਲਾਕਿਆਂ 'ਚ بارش ਹੋਈ ਇਸ ਨਾਲ ਗਰਮੀ ਤੋਂ ਥੋੜੀ ਰਾਹਤ ਮਿਲੀ ਪਰ ਸੋਮਵਾਰ ਨੂੰ ਬਹੁਤੀ ਥਾਂ ਤੇ ਮੌਸਮ ਸਾਫ ਰਿਹਾ ਜਿਸ ਨਾਲ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਟੱਪ ਗਿਆ ਮੌਸਮ ਵਿਭਾਗ ਦੀ ਜਾਣਕਾਰੀ ਅਨੁਸਾਰ ਮੰਗਲਵਾਰ ਤੋਂ ਸੂਬੇ 'ਚ 3 ਦਿਨ ਮੌਸਮ ਸਾਫ ਰਹੇਗਾ ਕਈ ਥਾਵਾਂ ਤੇ ਤਾਪਮਾਨ 5-5 ਡਿਗਰੀ ਸੈਲਸੀਅਸ ਤੱਕ ਦਾ ਵਾਅਦਾ ਦਰਜ ਕੀਤਾ ਜਾਵੇਗਾ ਇਸ ਤੋਂ ਬਾਅਦ 23 ਜੂਨ ਨੂੰ ਪਿੱਛੋਂ ਦੁਬਾਰਾ ਗੜਬੜ ਵਾਲੀਆਂ ਪੱਛਮੀ ਪੌਣਾ ਨਾਲ ਮੌਸਮ ਬਦਲੇਗਾ ਤੇ ਬੂੰਦਾਬਾਂਦੀ ਦੇ بارش ਦੀ ਸੰਭਾਵਨਾ ਹੈ ਮੌਸਮ ਵਿਗਿਆਨੀ ਡਾਕਟਰ ਏ ਕੇ ਸਿੰਘ ਅਨੁਸਾਰ ਪਹਿਲਾ ਸੰਭਾਵਨਾ ਸੀ ਕਿ ਚੱਕਰਵਾਤੀ ਤੂਫਾਨ ਬਿਪੜਜੋਏ ਗੁਜਰਾਤ ਤੇ ਰਾਜਸਥਾਨ ਹੁੰਦਿਆਂ ਹੋਇਆ ਹਰਿਆਣਾ 'ਚ ਦਾਖਲ ਹੋ ਸਕਦਾ ਹੈ ਇਸ ਨਾਲ ਪੰਜਾਬ ਵੀ ਪ੍ਰਭਾਵਿਤ ਹੁੰਦਾ ਪਰ ਹੁਣ ਰਾਜਸਥਾਨ ਤੋਂ ਬਿਪਰਜੋਏ ਦੀ ਦਿਸ਼ਾ ਮੱਧ ਪ੍ਰਦੇਸ਼ ਵੱਲ ਹੋ ਗਈ ਹੈ ਜਿਸ ਕਾਰਨ ਇਸ ਤੇ ਹੁਣ ਹਰਿਆਣਾ ਪੰਜਾਬ ਚ ਦਾਖਲ ਹੋਣ ਦੀ ਸੰਭਾਵਨਾ ਨਹੀਂ ਹੈ ਪੰਜਾਬ ਚ ਬਿਪਰਜੋਏ ਦਾ ਸਿੱਧੇ ਤੌਰ ਤੇ ਬਿਪਰਜੋਏ ਦਾ ਕੋਈ ਅਸਰ ਨਹੀਂ ਹੋਵੇਗਾ ਪੰਜਾਬ ਸਰਕਾਰ ਵੱਲੋਂ ਸ੍ਰੀ ਹਰਮੰਦਰ ਸਾਹਿਬ ਤੋਂ ਗੁਰਬਾਣੀ ਦੇ ਸਿੱਧੇ ਪ੍ਰਸਾਰਣ ਦੇ ਅਧਿਕਾਰ ਸਾਰੇ ਚੈਨਲਾਂ ਨੂੰ ਮੁਫਤ 'ਚ ਮੁਹੱਈਆ ਕਰਵਾਉਣ ਲਈ ਸਿੱਖ ਗੁਰਦੁਆਰਾ ਐਕਟ 1925 ਵਿੱਚ ਕੀਤੀ ਸੋਧ ਮਗਰੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਨਵੇਂ ਨਿਯੁਕਤ ਜਥੇਦਾਰ ਗਿਆਨੀ ਰਕबीर ਸਿੰਘ ਦਾ ਵੱਡਾ ਬਿਆਨ ਆਇਆ ਹੈ। ਉਹਨਾਂ ਨੇ ਕਿਹਾ ਕਿ ਸਿੱਖ ਧਰਮ ਸਰਬੱਤ ਦਾ ਭਲਾ ਮੰਗਣ ਵਾਲਿਆਂ ਦਾ ਧਰਮ ਹੈ ਪਰ ਕਿਸੇ ਵੀ ਸਰਕਾਰ ਨੂੰ ਆਪਣੇ ਧਾਰਮਿਕ ਮਾਮਲਿਆਂ ਦੇ ਵਿੱਚ ਦਖਲ ਅੰਦਾਜ਼ੀ ਕਰਨ ਦੀ ਇਜਾਜ਼ਤ ਨਹੀਂ ਦਿੰਦਾ। ਉਨ੍ਹਾਂ ਨੇ ਆਖਿਆ ਕਿ ਗੁਰਬਾਣੀ ਪ੍ਰਸਾਰਨ ਦਾ ਮਾਮਲਾ ਸੱਚਕਲ ਸ੍ਰੀ ਹਰਮੰਦਰ ਸਾਹਿਬ ਨਾਲ ਜੁੜਿਆ ਹੋਇਆ ਹੈ ਜੇਕਰ ਪ੍ਰਸਾਰਨ ਖੁੱਲਾ ਕਰ ਦਿੱਤਾ ਜਾਵੇਗਾ ਤਾਂ ਮर्यादा ਦਾ ਖਿਆਲ ਰੱਖਣਾ ਮੁਸ਼ਕਲ ਹੋ ਜਾਵੇਗਾ ਸਰਕਾਰ ਵੱਲੋਂ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਿੱਚ ਦਖਲ ਦੇਣਾ ਬੜਾ ਮੰਦਪਾਗਾ ਹੈ ਮਗਵੰਤਰੀ ਭਗਵੰਤ ਬਾੰਦਯ ਅਗਵਾਈ ਵਿੱਚ ਮੰਤਰੀ ਮੰਡਲ ਨੇ ਕਿਹਾ ਕਿ ਸਿੱਖ ਗੁਰਦੁਆਰਾ ਐਕਟ 2023 ਪਵਿੱਤਰ ਗੁਰਬਾਣੀ ਦਾ ਮੁਫਤ ਪ੍ਰਸਾਰਣ ਕਰਨ ਲਈ ਅਜੋਕੇ ਸਮੇਂ ਤੇ ਮਸੰਦਾ ਦੇ ਕੰਟਰੋਲ ਤੋਂ ਮੁਕਤ ਕਰਨ ਦੀ ਰਾ ਪੱਤਰਾ ਕਰੇਗਾ ਇੱਥੇ ਮੰਤਰੀ ਮੰਡਲ ਦੀ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਨੇ ਦੱਸਿਆ ਕਿ ਮੰਤਰੀ ਮੰਡਲ ਨੇ ਦਾ ਸਿੱਖ ਗੁਰਦੁਦੁਆਰਾ ਐਕਟ 1925 ਵਿੱਚ ਸੋਧ ਕਰਨ ਅਤੇ ਇਸ ਵਿੱਚ ਧਾਰਾ 125 ਸ਼ਾਮਲ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ ਜਿਸ ਨਾਲ ਸ੍ਰੀ ਹਰਮੰਦਰ ਸਾਹਿਬ ਤੋਂ ਪਾਵਨ ਗੁਰਬਾਣੀ ਦਾ ਪ੍ਰਦਰਸ਼ਨ ਮੁਫਤ ਕਰਨ ਨੂੰ ਯਕੀਨੀ ਬਣਾਉਣ ਦੀ ਜ਼ਿੰਮੇਵਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੋਢਿਆਂ ਉੱਤੇ ਪਵੇਗੀ ਉਹਨਾਂ ਨੇ ਕਿਹਾ ਕਿ ਇਸ ਸੋਧ ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਬਿਨਾਂ ਕਿਸੇ ਅਦਾਇਗੀ ਦੇ ਸਮੁੱਚੀ ਮਾਨਵਤਾ ਗੁਰਬਾਣੀ ਕੀਰਤਨ ਸਰਵਨ ਕਰੇ ਅਤੇ ਗੁਰਬਾਣੀ ਦਾ ਲਾਈ ਪ੍ਰਸਾਰਣ ਦੇਖ ਸਕੇ ਭਗਵੰਤ ਮਾਨ ਨੇ ਵੀ ਕਿਹਾ ਕਿ ਇਸ ਕਦਮ ਦੇ ਨਾਲ ਪਵਿੱਤਰ ਗੁਰਬਾਣੀ ਦਾ ਕਿਸੇ ਵੀ ਢੰਗ ਨਾਲ ਵਪਾਰੀਕਰਨ ਨਹੀਂ ਹੋਵੇਗਾ ਮੁੱਖ ਮੰਤਰੀ ਨੇ ਵੀ ਕਿਹਾ ਕਿ ਇਸ ਐਕਟ ਸਿੱਖ ਗੁਰਦੁਆਰਾ ਐਕਟ 2023 ਦੇ ਨਾਮ ਹੇਠ ਹੋਵੇਗਾ ਜੋ ਸਰਕਾਰੀ ਗਜ਼ਟ ਵਿੱਚ ਪ੍ਰਕਾਸ਼ਿਤ ਹੋਣ ਦੀ ਤਰੀਕ ਤੋਂ ਲਾਗੂ ਹੋਵੇਗਾ ਉਹਨਾਂ ਨੇ ਵੀ ਕਿਹਾ ਕਿ ਗੁਰਬਾਣੀ ਦੇ ਮੁਫਤ ਪ੍ਰਸਾਰਨ ਦੇ ਲਈ ਧਾਰਾ 125 ਤੋਂ ਬਾਅਦ ਸਿੱਖ ਗੁਰਦੁਆਰਾ ਐਕਟ 1925 ਵਿੱਚ ਧਾਰਾ 125A ਵੀ ਦਰਜ ਕੀਤੀ ਜਾਵੇਗੀ ਇਸ ਐਕਟ ਦੇ ਵਿੱਚ ਇਹ ਵਿਵਸਥਾ ਹੋਵੇਗੀ ਕਿ ਮਹਾਨ ਗੁਰੂ ਸਹਿਬਾਨ ਦੀਆਂ ਸਿੱਖਿਆਵਾਂ ਦੇ ਪਸਾਰ ਲਈ ਬੋਰਡ ਦੀ ਡਿਊਟੀ ਸ੍ਰੀ ਹਰਮੰਦਰ ਸਾਹਿਬ ਤੋਂ ਪਵਿੱਤਰ ਗੁਰਬਾਣੀ ਦਾ ਲਾਇ ਪ੍ਰਸਾਰਨ ਸਾਰੇ মিডিਆ ਘਰਾਣਿਆਂ ਆਊਟਲਾਈਟਸ ਪਲੇਟਫਾਰਮ ਚੈਨਲਾਂ ਆਦਿ ਜੋ ਵਿਚੋਂਦਾ ਹੋਵੇ ਨੂੰ ਮਹਿਆ ਕਰਵਾਉਣ ਲਈ ਹੋਵੇਗੀ ਇਸ ਐਕਟ ਵਿੱਚ ਇਹ ਵਿਵਸਥਾ ਵੀ ਹੋਵੇਗੀ ਕਿ ਪ੍ਰਸਾਰਣ ਦੌਰਾਨ ਕਿਸੇ ਵੀ ਕੀਮਤ ਉੱਤੇ ਇਸ਼ਤਿਹਾਰਬਾਜ਼ੀ ਵਪਾਰੀਕਰਨ ਵਿਗਾੜ ਨਾ ਹੋਵੇ ਭਗਵੰਤ ਮਾਨ ਨੇ ਹੈਰਾਨੀ ਜ਼ਾਹਰ ਕਰਦਿਆਂ ਕਿਹਾ ਕਿ ਇੱਕ ਵਿਸ਼ੇਸ਼ ਚੈਨਲ ਵੱਲੋਂ ਗੁਰਬਾਣੀ ਦੇ ਪ੍ਰਸਾਰਣ ਉੱਤੇ ਕੰਟਰੋਲ ਕਿਤੇ ਹੋਣ ਦੀ ਮੁਖਾਲਫਤ ਕਰਨ ਨਾਲ ਪੰਥ ਉੱਤੇ ਹਮਲਾ ਕਿਵੇਂ ਆਖਿਆ ਜਾ ਸਕਦਾ ਹੈ ਪਰ ਸਾਰਨ ਦੇ ਇਹ ਹੱਕ ਵਿੱਚ ਇੱਕ ਚੈਨਲ ਤੱਕ ਸੀਮਿਤ ਰੱਖਣਾ ਪੂਰੀ ਤਰ੍ਹਾਂ ਅਨਿਆਇਪੂਰਨ ਹੈ ਇਸ ਕਾਨੂੰਨ ਦਾ ਉਦੇਸ਼ ਸਰਕਾਰ ਦੇ ਕਿਸੇ ਵਿਸ਼ੇਸ਼ ਚੈਨਲ ਜਾਂ ਪ੍ਰਾਈਵੇਟ ਟੋਰ ਉੱਤੇ ਕਿਸੇ ਵਿਅਕਤੀ ਨੂੰ ਦੇਣ ਦਾ ਨਹੀਂ ਹੈ ਸਗੋਂ ਇਸ ਦਾ ਮਨੋਰਥ ਦੁਨੀਆ ਦੇ ਕੋਨੇ-ਕੋਨੇ ਵਿੱਚ ਗੁਰਬਾਣੀ ਦਾ ਸੰਦੇਸ਼ ਫੈਲਾਉਣਾ ਹੈ ਮੁੱਖ ਮੰਤਰੀ ਨੇ ਵੀ ਕਿਹਾ ਕਿ ਸੁਪਾਸ ਸਰਕਾਰ ਇਸ ਸੋਧ ਕਰਨ ਲਈ ਸਮਰਥ ਹੈ ਕਿਉਂਕਿ ਸੁਪਰੀਮ ਕੋਰਟ ਪਹਿਲਾਂ ਹੀ ਫੈਸਲਾ ਦੇ ਚੁੱਕੀ ਹੈ ਕਿ ਇਹ ਐਕਟ ਅੰਤਰਰਾਜੀ ਐਕਟ ਨਹੀਂ ਹੈ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਮਾਮਲੇ ਵਿੱਚ ਲੰਬੇ ਸਮੇਂ ਤੋਂ ਇੱਕ ਹੀ ਪਰਿਵਾਰ ਦਾ ਦਬਦਬਾ ਰਿਹਾ ਹੈ ਜਿਸ ਕਾਰਨ ਸਿੱਖ ਪੰਥ ਦਾ ਨਾਂ ਪੁਰੀਆਂ ਜਾਣ ਵਾਲਾ ਨੁਕਸਾਨ ਹੋਇਆ ਹੈ ਭਗਵੰਤ ਮਾਨ ਨੇ ਕਿਹਾ ਕਿ ਗੰਦੀ ਖੇਡ ਖੇਡਦੇ ਹੋਏ ਇਸ ਪਰਿਵਾਰ ਨੇ ਆਪਣੇ ਚਹੇਤੇ ਚੈਨਲ ਨੂੰ ਗੁਰਬਾਣੀ ਦੇ ਪ੍ਰਸਾਰਨ ਦਾ ਵਿਸ਼ੇਸ਼ ਅਧਿਕਾਰ ਦੇ ਕੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਜਦਕਿ ਐਕਟ ਐਕਟ ਜਾਂ ਵਿਅਕਤ ਵਿੱਚ ਸ਼ਬਦ ਟੈਲੀਕਾਸਟ ਜਾਂ ਪ੍ਰਸਾਰਨ ਦਾ ਕੋਈ ਜ਼ਿਕਰ ਨਹੀਂ ਹੈ ਮੁੱਖ ਮੰਤਰੀ ਨੇ ਕਿਹਾ ਕਿ ਕਿਉਂ ਜੋ ਲੋਕ ਸ੍ਰੀ ਹਰਮੰਦਰ ਸਾਹਿਬ ਤੋਂ ਗੁਰਬਾਣੀ ਸਰਵਨ ਕਰਨਾ ਚਾਹੁੰਦੇ ਹਨ ਇਸ ਲਈ ਉਹਨਾਂ ਨੂੰ ਇਸ ਚੈਨਲ ਲਈ ਅਦਾਇਗੀ ਕਰਨੀ ਪੈਂਦੀ ਹੈ ਹਾਲਾਂਕਿ ਉਹਨਾਂ ਨੇ ਕਿਹਾ ਕਿ ਇਸ ਚੈਨਲ ਦਾ ਪੈਕੇਜ ਹੋਰ ਚੈਨਲਾਂ ਦੇ ਨਾਲ ਦਿੱਤਾ ਗਿਆ ਹੈ ਜੋ ਬਹੁਤ ਮਹਿੰਗਾ ਹੈ ਅਤੇ ਆਮ ਆਦਮੀ ਇਸ ਦਾ ਬੋਝ ਨਹੀਂ ਸਹਿਣ ਕਰ ਸਕਦਾ ਭਗਵੰਤ ਮਾਨ ਨੇ ਅਫਸੋਸ ਜ਼ਾਹਰ ਕੀਤਾ ਕਿ ਸਿੱਖ ਗੁਰਦੁਆਰਾ ਐਕਟ 1925 ਰਾਹੀਂ ਬਣਾਈ ਗਈ ਸ਼੍ਰੋਮਣੀ ਕਮੇਟੀ ਨੂੰ ਗੁਰਬਾਣੀ ਦਾ ਪ੍ਰਚਾਰ ਕਰਨ ਦਾ ਜਿੰਮਾ ਸੌਂਪਿਆ ਗਿਆ ਸੀ ਪਰ ਇਸ ਨੇ ਆਪਣੇ ਇੱਕ ਪਰਿਵਾਰ ਦਾ ਹੱਥ ਧੋਖਾ ਬੰਨ ਕੇ ਆਪਣਾ ਫਰਜ਼ ਭੁਲਾ ਦਿੱਤਾ ਮੁੱਖ ਮੰਤਰੀ ਨੇ ਵੀ ਕਿਹਾ ਕਿ 11 ਸਾਲ ਬੀਤ ਚੁੱਕੇ ਹਨ ਅਤੇ ਅਜੇ ਤੱਕ ਸੂਬੇ ਵਿੱਚ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨਹੀਂ ਹੋਈਆਂ ਹਨ ਉਹਨਾਂ ਨੇ ਅੱਗੇ ਕਿਹਾ ਕਿ ਕਿੰਨੀ ਹੈਰਾਨੀ ਵਾਲੀ ਗੱਲ ਹੈ ਕਿ ਸ਼੍ਰੋਮਣੀ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਨੂੰ ਸਿਰਫ ਇਸ ਲਈ ਹਟਾ ਰਹੇ ਹਨ ਕਿਉਂਕਿ ਉਹ ਉਸ ਪਰਿਵਾਰ ਦੇ ਰਾਹ ਤੇ ਨਹੀਂ ਚੱਲ ਰਹੇ ਭਗਵੰਤ ਮਾਨ ਨੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਇਹ ਐਕਟ ਪੰਥ ਤੇ ਕੋਈ ਹਮਲਾ ਨਹੀਂ ਹੈ ਸਗੋਂ ਇਹ ਪਵਿੱਤਰ ਗੁਰਬਾਣੀ ਦਾ ਵਿਸ਼ਵ ਭਰ ਵਿੱਚ ਮੁਫਤ ਪ੍ਰਸਾਰਨ ਯਕੀਨੀ ਬਣਾਉਣ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ ਮਨੀਪੁਰ ਚ ਲਗਾਤਾਰ ਹਾਲਾਤ ਵਿਗੜੇ ਜਾ ਰਹੇ ਹਨ ਜਿਸ ਕਾਰਨ ਇੱਥੇ ਲਗਾਤਾਰ ਕਰਫਿਊ ਲਗਾਇਆ ਜਾ ਰਿਹਾ ਹੈ ਹਾਲਾਤ ਖਰਾਬ ਹੋਣ ਕਾਰਨ ਮਨੀਪੁਰ ਚ ਰਹਿੰਦੇ ਪੰਜਾਬੀਆਂ ਨੂੰ ਗੁਹਾਟੀ ਚ ਸ਼ਰਨ ਲੈਣ ਲਈ ਮਜਬੂਰ ਹੋਣਾ ਪੈ ਰਿਹਾ ਪਿਛਲੇ 45 ਦਿਨਾਂ ਤੋਂ ਮਨੀਪੁਰ 'ਚ ਮਾਹੌਲ ਖਰਾਬ ਹੈ ਪੰਜਾਬੀਆਂ ਨੂੰ ਸੁਰੱਖਿਤ ਥਾਵਾਂ ਤੇ ਜਾਣਾ ਪਿਆ ਭਾਵੇਂ ਇੰਨਾ ਪੰਜਾਬੀਆਂ ਦੇ ਮਨੀਪੁਰ ਦੇ ਵਿੱਚ ਚੰਗੇ ਕਾਰੋਬਾਰ ਹਨ ਪਰ ਮਾਹੌਲ ਖਰਾਬ ਹੋਣ ਕਾਰਨ ਉਹਨਾਂ ਨੇ ਸੁਰੱਖਿਤ ਥਾਵਾਂ ਤੇ ਪਹੁੰਚਣਾ ਹੀ ਬਿਹਤਰ ਸਮਝਿਆ ਮਨੀਪੁਰ 'ਚ ਪੰਜਾਬੀਆਂ ਦੇ ਚੰਗਾ ਕਾਰੋਬਾਰ ਹਨ ਟਾਟਾ ਕੰਪਨੀ ਦੇ ਸ਼ੋਅਰੂਮ ਦੇ ਮਾਲਕ ਅਮਰਦੀਪ ਸਿੰਘ ਨੇ ਦੱਸਿਆ ਕਿ ਉਸ ਦਾ ਮਨੀਪੁਰ ਦੇ ਇਮਫਾਲ ਸ਼ਹਿਰ 'ਚ ਟਾਟਾ ਟਰਾਂਸਪੋਰਟ ਦਾ ਸ਼ੋਅਰੂਮ ਹੈ ਵੈਸੇ ਤਾਂ ਅਕਸਰ ਵਕ ਵਕ ਕਬੀਲੀਆਂ ਵਿਚਕਾਰ ਇੱਥੇ ਲੜਾਈ ਹੁੰਦੀ ਰਹਿੰਦੀ ਹੈ ਪਰ ਇਸ ਵਾਰ ਦੋ ਪਾਈ ਚਾਰਿਆਂ ਦਰਮਿਆਨ ਪੈਦਾ ਹੋਈ ਗਲਤਫਹਿਮੀ ਕਾਰਨ ਦੰਗੇ ਵੱਧ ਗਏ ਹਨ ਅਤੇ ਅਗਜ਼ਨੀਗ ਦੀਆਂ ਘਟਨਾਵਾਂ ਤੋਂ ਇਲਾਵਾ ਇੱਕ ਦੂਜੇ ਦੇ ਕਤਲ ਵੀ ਕਰ ਰਹੇ ਹਨ ਭਾਵੇਂ ਉਹਨਾਂ ਦੀ ਪੰਜਾਬੀਆਂ ਨਾਲ ਕੋਈ ਲੜਾਈ ਨਹੀਂ ਹੈ ਪਰ ਸਾਵਧਾਨੀ ਵਜੋਂ ਲਗਭਗ ਸਾਰੇ ਪੰਜਾਬੀ ਮਨੀਪੁਰ ਛੱਡ ਕੇ ਸੁਰੱਖਿਤ ਥਾਵਾਂ ਤੇ ਚਲੇ ਗਏ ਹਨ ਉਹ ਗੁਹਾਟੀ ਵਿੱਚ ਆਪਣੇ ਰਿਸ਼ਤੇਦਾਰਾਂ ਦੇ ਘਰ ਆਪਣੇ ਪਰਿਵਾਰਾਂ ਕੋਲ ਚਲੇ ਗਏ ਹਨ ਅਤੇ ਕਈ ਆਪਣੇ ਜਾਣਕਾਰਾਂ ਦੇ ਕੋਲ ਰਹਿਣ ਦੇ ਲਈ ਮਜਬੂਰ ਹੋ ਗਏ ਹਨ ਉਹਨਾਂ ਨੂੰ ਉਮੀਦ ਸੀ ਕਿ ਦੰਗੇ ਕੁਝ ਦਿਨਾਂ ਬਾਅਦ ਰੁਕ ਜਾਣਗੇ ਪਰ ਇਹ ਦਿਨ ਬਦਿਨ ਵੱਧਦੇ ਜਾ ਰਹੇ ਹਨ ਅੱਜ 45 ਦਿਨ ਹੋ ਗਏ ਹਨ ਪਰ ਦੰਗੇ ਰੁਕਣ ਦਾ ਨਾਂ ਨਹੀਂ ਲੈ ਰਹੇ ਅੰਤਰਰਾਸ਼ਟਰੀ ਯੋਗਾ ਦਿਵਸ ਤੋਂ ਠੀਕ ਇੱਕ ਦਿਨ ਪਹਿਲਾਂ ਜਲੰਧਰ ਦੇ ਵਿੱਚ ਸੀਐਮ ਦੀ ਯੋਗਸ਼ਾਲਾ ਦੀ ਸ਼ੁਰੂਆਤ ਕੀਤੀ ਗਈ ਹੈ ਸੀਐਮ ਮਾਨ ਨੇ ਮੰਗਲਵਾਰ ਨੂੰ ਸਵੇਰੇ 6:36 ਵਜੇ ਜਲੰਧਰ ਦੇ ਵਿੱਚ ਯੋਗਸ਼ਾਲਾ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ਅਤੇ ਲੋਕਾਂ ਨੂੰ ਯੋਗ ਦੀ ਮੱਤਤਾ ਅਤੇ ਅਜੋਕੇ ਸਮੇਂ ਦੇ ਵਿੱਚ ਇਸ ਦੀ ਲੋੜ ਬਾਰੇ ਜਾਣਨਾ ਪਾਇਆ ਇੱਥੇ ਪੀਏਪੀ ਹੈੱਡਕੁਆਰਟਰ ਦੇ ਖੇਡ ਮੈਦਾਨ ਦੇ ਵਿੱਚ ਕਰੀਬ 15000 ਲੋਕਾਂ ਦੇ ਨਾਲ ਸੀਐਮ ਮਾਨ ਨੇ ਯੋਗਾ ਵਿੱਚ ਸ਼ਿਰਕਤ ਕੀਤੀ ਇਸ ਮੌਕੇ ਰਾਗਵ ਚੱਡਾ ਸਮੇਤ ਕਈ ਮੰਤਰੀਆਂ ਨੇ ਵੀ ਹਿੱਸਾ ਲਿਆ ਇਸ ਦੌਰਾਨ ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਨੂੰ ਸੰਬੋਧਨ ਕਰਦੇ ਕਿਹਾ ਕਿ ਉਹ ਸਿਹਤ ਲਈ ਆਪਣੇ ਰੁਝੇਵਿਆਂ ਵਿੱਚੋਂ ਸਮਾਕਟਣ ਜੇਕਰ ਉਹ ਸਿਹਤਮੰਦ ਰਹਿਣਗੇ ਤਾਂ ਉਹ ਸਕਾਰਾਤਮਕ ਰਹਿਣਗੇ ਮੇਰਾ ਮਕਸਦ ਹੈ ਮੇਰਾ ਪੰਜਾਬ ਤੰਦਰੁਸਤ ਹੋਵੇ ਕੇਜਰੀਵਾਲ ਨੇ ਦਿੱਲੀ ਵਿੱਚ ਯੋਗਸ਼ਾਲਾ ਵੀ ਸ਼ੁਰੂ ਕੀਤੀ ਪਰ ਉੱਥੇ ਦੇ ਐਲਜੀ ਨੇ ਇਸ ਨੂੰ ਪੰਤ ਕਰਵਾ ਦਿੱਤਾ ਉਹਨਾਂ ਨੇ ਕਿਹਾ ਕਿ ਜੇਕਰ ਤੁਹਾਡੇ ਇਲਾਕੇ ਤੇ 25 ਵਿਅਕਤੀ ਇਕੱਠੇ ਯੋਗਾ ਕਰਨਾ ਚਾਹੁੰਦੇ ਹਨ ਤਾਂ ਉਹ ਸਰਕਾਰ ਨੂੰ ਇੱਕ ਨੰਬਰ ਤੇ ਮਿਸ ਕਾਲ ਕਰਨ ਯੋਗਾ ਟ੍ਰੇਨਰ ਤੁਹਾਡੇ ਤੱਕ ਮੁਫਤ ਪਹੁੰਚ ਜਾਵੇਗਾ ਇੰਨੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਦਾ ਇੱਥੇ ਆਉਣਾ ਦਰਸਾਉਂਦਾ ਹੈ ਕਿ ਸਿਹਤ ਸਭ ਤੋਂ ਮਹੱਤਵਪੂਰਨ ਹੈ ਜੀਵਨ ਦੇ ਨਾਲ ਯੋਗਾ ਦਾ ਆਨੰਦ ਮਾਣੋ ਅਤੇ ਹਰ ਪਲ ਖੁੱਲ ਕੇ ਜਿਓ ਯੋਗਾ ਕਰਨ ਨਾਲ ਮਨ ਨੂੰ ਸ਼ਾਂਤੀ ਮਿਲਦੀ ਹੈ ਤੇ ਜਿਹੜੇ ਲੋਕ ਸਾਨੂੰ ਕਹਿ ਰਹੇ ਹਨ ਕਿ ਯੋਗਾ ਕਰਨ ਨਾਲ ਅਸੀਂ ਸ਼ਾਂਤ ਹੋਏ ਹਾਂ ਉਹ ਬਿਲਕੁਲ ਸਹੀ ਕਹਿ ਰਹੇ ਹਨ ਉਹਨਾਂ ਨੂੰ ਵੀ ਯੋਗਾ ਕਰਨਾ ਚਾਹੀਦਾ ਹੈ ਯੋਗਸ਼ਾਲਾ ਦੇ ਵਿੱਚ ਮੁੱਖ ਮੰਤਰੀ ਤੋਂ ਇਲਾਵਾ ਕਈ ਮੰਤਰੀਆਂ ਤੇ ਸੀਨੀਅਰ ਅਧਿਕਾਰੀਆਂ ਨੇ ਵੀ ਸ਼ਿਰਕਤ ਕੀਤੀ। ਮੁੱਖ ਮੰਤਰੀ ਦੇ ਯੋਗਾ ਪ੍ਰੋਗਰਾਮ ਨੂੰ ਲੈ ਕੇ ਪੁਲਿਸ ਵੱਲੋਂ ਸੁਰੱਖਿਆ ਦਾ ਸਖਤ ਪ੍ਰਬੰਧ ਵੀ ਕੀਤੇ ਗਏ ਸਨ। ਜਲੰਧਰ ਤੋਂ ਇਲਾਵਾ ਬਠਿੰਡਾ, ਮੋਹਾਲੀ, ਸੰਗਰੂਰ ਅਤੇ ਹੁਸ਼ਿਆਰਪੁਰ ਵਿੱਚ ਵੀ ਯੋਗਸ਼ਾਲਾਵਾਂ ਸਥਾਪਿਤ ਕੀਤੀਆਂ ਗਈਆਂ ਹਨ। ਇਨ੍ਹਾਂ ਸ਼ਹਿਰਾਂ ਦੇ ਵਿੱਚ ਸੈਂਕੜੇ ਲੋਕਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਲਿਆ ਅਤੇ ਯੋਗਾ ਕਰਕੇ ਤੰਦਰੁਸਤ ਰਹਿਣ ਦਾ ਸੁਨੇਹਾ ਦਿੱਤਾ। ਭਗਵੰਤ ਮਾਨ ਸਰਕਾਰ ਵੱਲੋਂ ਸ੍ਰੀ ਹਰਮੰਦਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰ ਮੁਫਤ ਕਰਨ ਦੇ ਐਲਾਨ ਤੋਂ ਬਾਅਦ ਪੀਟੀਸੀ ਦੇ ਐਮ ਡੀ ਰਵਿੰਦਰ ਨਰਾਇਣ ਨੇ ਵੱਡਾ ਦਾਅਵਾ ਕੀਤਾ ਹੈ। ਉਹਨਾਂ ਨੇ ਕਿਹਾ ਕਿ ਪੀਟੀਸੀ ਦੇ ਸਾਰੇ ਚੈਨਲ ਪਾਰ ਸਰਕਾਰ ਵੱਲੋਂ ਫ੍ਰੀ ਟੂ 에ਅਰ ਨਾਮਜ਼ਦ ਕੀਤੇ ਹੋਏ ਹਨ। ਕਿਸੇ ਨੂੰ ਫੇਸਬੁੱਕ, ਟੀਵੀ, ਡੀਟੀਐਚ, ਯੂਟਿਊਬ ਤੇ ਗੁਰਬਾਣੀ ਦੇਖਣ ਦਾ 1 ਰੁਪਿਆ ਵੀ ਨਹੀਂ ਦੇਣਾ ਪੈਂਦਾ। ਉਹਨਾਂ ਨੇ ਐਲਾਨ ਕੀਤਾ ਕਿ ਉਹ 1 ਕਰੋੜ ਰੁਪਏ ਦਾ ਇਨਾਮ ਦੇਣਗੇ ਜਿਹੜਾ ਬਿੱਲ ਲਿਆ ਦੇਵੇ ਕਿ ਪੀਟੀਸੀ ਤੇ ਗੁਰਬਾਣੀ ਦਿਖਾਉਣ ਬਦਲੇ 1 ਰੁਪਿਆ ਵੀ ਦੇਣਾ ਪੈਂਦਾ ਹੈ। ਪੰਜਾਬ ਸਰਕਾਰ ਵੱਲੋਂ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਲਈ ਵੱਡੀ ਰਾਹਤ ਦਿੱਤੀ ਗਈ ਹੈ ਸਰਕਾਰ ਨੇ ਨੈਸ਼ਨਲ ਹਾਈਵੇ ਤੇ ਟੋਲ ਫ੍ਰੀ ਕਰ ਦਿੱਤਾ ਹੈ ਸਰਕਾਰ ਵੱਲੋਂ ਆਪਣੇ ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਕਾਰਜਕਾਰੀ ਇੰਜੀਨੀਅਰ ਐਸ ਡੀਓ ਜੇਈ ਪਟਵਾਰੀ ਜ਼ਿਲ੍ਹਾ ਕਲੈਕਟਰ ਡਿਪਟੀ ਕਲੈਕਟਰ ਜਲ ਸਰੋਤਾਂ ਨੂੰ ਹੁਣ ਟੋਲ ਟੈਕਸ ਨਹੀਂ ਦੇਣਾ ਪਵੇਗਾ ਇਨਾਂ ਸਾਰਿਆਂ ਨੂੰ ਡਿਊਟੀ ਦੌਰਾਨ ਨੈਸ਼ਨਲ ਹਾਈਵੇ ਤੇ ਹਰ ਤਰ੍ਹਾਂ ਦੇ ਟੋਲ ਟੈਕਸ ਤੋਂ ਛੋਟ ਦਿੱਤੀ ਗਈ ਹੈ ਜਲ ਸੰਸਾਧਨ ਵਿਭਾਗ ਦੇ ਪ੍ਰਮੁਖ ਸਕੱਤਰ ਵੱਲੋਂ ਇਸ ਬਾਰੇ ਹਰਿਆਣਾ ਦੇ ਪੰਚਕੁਲਾ ਸਥਿਤ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਖੇਤਰੀ ਦਫ਼ਤਰ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ ਉਹਨਾਂ ਨੇ ਸਾਰੇ ਅਧਿਕਾਰੀਆਂ ਨੇ ਆਪਣੇ ਪੱਤਰ ਵਿੱਚ ਉਹਨਾਂ ਮੁਲਾਜ਼ਮਾਂ ਦੀ ਸ਼੍ਰੇਣੀ ਬਾਰੇ ਜਾਣਕਾਰੀ ਦਿੱਤੀ ਹੈ ਜਿਨ੍ਹਾਂ ਨੂੰ ਛੋਟ ਦਿੱਤੀ ਗਈ ਹੈ। WhatsApp ਤੇ ਬਿਜਲੀ ਦਾ ਬਿੱਲ ਅਪਡੇਟ ਨਾ ਹੋਣ ਅਤੇ ਰਾਤ ਨੂੰ ਬਿਜਲੀ ਦਾ ਕਨੈਕਸ਼ਨ ਕੱਟ ਦੇਣ ਦਾ ਮੈਸੇਜ ਕਰਨ ਤੋਂ ਬਾਅਦ ਫੋਨ ਦੇ ਸਪਰਕ ਕਰਕੇ ਕ੍ਰੈਡਿਟ ਕਾਰਡ ਦੀ ਡਿਟੇਲ ਲੈ ਕੇ 29 ਸਰਵਾਜਾਂ ਨੇ 51100 70 ਰੁਪਏ ਟਰਾਂਸਫਰ ਕਰ ਲਏ ਪੀੜਿਤ ਨੇ ਤੁਰੰਤ ਆਪਣੇ ਕ੍ਰੈਡਿਟ ਕਾਰਡ ਬਲੌਕ ਕਰਵਾਇਆ ਅਤੇ ਫਿਰ ਪੁਲਿਸ ਨੂੰ ਸ਼ਿਕਾਇਤ ਦਿੱਤੀ ਸਾਈਬਰ ਕ੍ਰਾਈਮ ਯੂਨਿਟ ਨੇ ਜਦੋਂ ਮਾਮਲੇ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਪੀੜਿਤ ਵਿਅਕਤੀ ਦੇ ਖਾਤੇ ਵਿੱਚੋਂ ਪਹਿਲਾਂ ਰਾਂਚੀ ਦੇ ਵਿਅਕਤੀ ਦੇ ਬੈਂਕ ਖਾਤੇ ਵਿੱਚ ਪੈਸੇ ਟਰਾਂਸਫਰ ਕੀਤੇ ਗਏ ਅਤੇ ਬਾਅਦ ਵਿੱਚ ਕੋਲਕਾਤਾ ਦੇ ਇੱਕ ਬੈਂਕ ਖਾਤੇ ਵਿੱਚ ਟਰਾਂਸਫਰ ਹੋਏ ਪੁਲਿਸ ਨੇ ਦੋਵਾਂ ਬੈਂਕਾਂ ਅਕਾਊਂਟਸ ਹੋਲਡਰਾਂ ਖਿਲਾਫ ਕੇਸ ਦਰਜ ਕਰ ਲਿਆ ਹੈ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਸੰਜੀਵ ਜਿੰਦਲ ਪੁੱਤਰ ਰਾਜਕੁਮਾਰ ਜਿੰਦਲ ਨਿਵਾਸੀ ਮਾਸਟਰ ਤਾਰਾ ਸਿੰਘ ਨਗਰ ਦੇ ਕਿ 11 ਜੁਲਾਈ 2022 ਨੂੰ ਉਸਦੇ WhatsApp ਨੰਬਰ ਤੇ ਇੱਕ ਮੈਸੇਜ ਆਇਆ ਸੀ ਕਿ ਉਹਨਾਂ ਦਾ ਬਿਜਲੀ ਦਾ ਬਿੱਲ ਅਪਡੇਟ ਨਹੀਂ ਹੈ ਅਤੇ ਜੇਕਰ ਉਹਨਾਂ ਨੂੰ ਤੁਰੰਤ ਬਿੱਲ ਨਾ ਭਰਿਆ ਤਾਂ ਅੱਜ ਰਾਤ ਨੂੰ ਉਹਨਾਂ ਦਾ ਕਨੈਕਸ਼ਨ ਕੱਟ ਜਾਵੇਗਾ ਮੈਸੇਜ ਦੇ ਵਿੱਚ ਸੰਪਰਕ ਕਰਨ ਲਈ ਇੱਕ ਮੋਬਾਈਲ ਨੰਬਰ ਵੀ ਦਿੱਤਾ ਗਿਆ ਸੀ ਸੰਜੀਵ ਜਿੰਦਲ ਨੇ ਜਦੋਂ ਉਕਤ ਨੰਬਰ ਤੇ ਫੋਨ ਕੀਤਾ ਤਾਂ ਫੋਨ ਚੁੱਕਣ ਵਾਲੇ ਵਿਅਕਤੀ ਨੇ ਦਾਵਾ ਕੀਤਾ ਕਿ ਉਹ ਬਿਜਲੀ ਦਾ ਕਨੈਕਸ਼ਨ ਲਗਾਇਆ ਲੱਗਾ ਹੈ ਅਤੇ ਖੁਦ ਨੂੰ ਪਾਵਰਕੋਮ ਦਾ ਮੁਲਾਜ਼ਮ ਦੱਸਣ ਵਾਲੇ ਨੇ ਸੰਜੀਵ ਜਿੰਦਲ ਤੋਂ ਬਿੱਲ ਦਾ ਭੁਗਤਾਨ ਕਰਨ ਦੇ ਲਈ ਕ੍ਰੈਡਿਟ ਕਾਰਡ ਦੀ ਡਿਟੇਲ ਮੰਗੇ ਜਿਉਂ ਹੀ ਸੰਜੀਪ ਨੇ ਉਸ ਨੂੰ ਡੀਟੇਲ ਡੀਟੇਲ ਦਿੱਤੀ ਤਾਂ ਤੁਰੰਤ ਉਸ ਨੂੰ ਮੈਸੇਜ ਆਇਆ ਕਿ ਉਹਨਾਂ ਦੇ ਖਾਤੇ ਦੇ ਵਿੱਚੋਂ 51170 ਰੁਪਏ ਟਰਾਂਸਫਰ ਹੋ ਗਏ ਹਨ ਸੰਜੀਪ ਨੇ ਦੱਸਿਆ ਕਿ ਉਹਨਾਂ ਨੇ ਆਪਣਾ ਕ੍ਰੈਡਿਟ ਕਾਰਡ ਬਲੋ ਕਰਵਾ ਕੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸਾਈਬਰ ਕਰਾਈਮ ਯੂਨਿਟ ਨੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਜਿਸ ਖਾਤੇ ਦੇ ਵਿੱਚ ਪੈਸੇ ਟਰਾਂਸਫਰ ਹੋਏ ਹਨ ਉਰਾਂਤੀ ਦੇ ਹੇਹਲ ਇਲਾਕਾ ਨਿਵਾਸੀ ਰਾਜਕੁਮਾਰ ਲੋਹੜਾ ਪੁੱਤਰ ਗਣੇਸ਼ ਲੋਹੜਾ ਦੇ ਨਾਂ ਤੇ ਹੈ ਜਦਕਿ ਕੁਝ ਪੈਸੇ ਰਾਜੀਵ ਦਾਸ ਨਿਵਾਸੀ ਕੋਲਕੱਤਾ ਦੇ ਬੈਂਕ ਹਾਤੇ ਵਿੱਚ ਵੀ ਟਰਾਂਸਫਰ ਹੋਏ ਹਨ ਪੁਲਿਸ ਨੇ ਰਾਜਕੁਮਾਰ ਲੋਹੜਾ ਅਤੇ ਰਾਜੀਵ ਦਾਸ ਖਿਲਾਫ ਧਾਰਾ 420 ਆਈਟੀ ਐਕਟ ਅਧੀਨ ਕੇਸ ਦਰਜ ਕਰ ਲਿਆ ਹੈ ਪੱਛਮੀ ਬੰਗਾਲ ਦੀ ਤਰਜ਼ ਤੇ ਪੰਜਾਬ ਸਰਕਾਰ ਵੀ ਮੁੱਖ ਮੰਤਰੀ ਨੂੰ ਯੂਨੀਵਰਸਿਟੀਆਂ ਦਾ ਚਾਂਸਲਰ ਬਣਾਉਣ ਦਾ ਬਿੱਲ ਲਿਆਏਗੀ ਸੋਮਵਾਰ ਨੂੰ ਕੈਬਨਿਟ ਦੀ ਬੈਠਕ 'ਚ ਇਸ ਸਬੰਧੀ ਫੈਸਲਾ ਲਿਆ ਗਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਫੈਸਲੇ ਦੀ ਪੁਸ਼ਟੀ ਕਰਦੇ ਕਿਹਾ ਕਿ ਇਹ ਬਿੱਲ ਪੱਛਮੀ ਬੰਗਾਲ ਸਰਕਾਰ ਵੱਲੋਂ ਬਣਾਏ ਗਏ ਬਿੱਲ ਦੀ ਤਰਜ਼ ਤੇ ਲਿਆਂਦਾ ਜਾ ਰਿਹਾ ਹੈ ਉਹਨਾਂ ਨੇ ਇਸ ਮਾਮਲੇ 'ਚ ਕਾਨੂੰਨੀ رائے ਵੀ ਲਈ ਹੈ ਰੱਦਸਨਯੋਗ ਹੈ ਕਿ ਸੂਬੇ ਦੀਆਂ ਯੂਨੀਵਰਸਿਟੀਆਂ ਦੇ ਵੀਸੀ ਲਗਾਉਣ ਨੂੰ ਲੈ ਕੇ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਤੋਂ ਮੁੱਖ ਮੰਤਰੀ ਭਗਵੰਤ ਮਾਨ 'ਚ ਲੰਬੀ ਟਕਰਾਅ ਚੱਲੀ ਸੀ। ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਦੇ ਵੀਸੀ ਦੇ ਰੂਪ 'ਚ ਸੂਬਾ ਸਰਕਾਰ ਨੇ ਡਾਕਟਰ ਗੁਰਪ੍ਰੀਤ ਸਿੰਘ ਵਾਂਡਰ ਦੀ ਚੋਣ ਕੀਤੀ ਸੀ। ਪਰ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਇਸ ਗੱਲ ਤੇ ਅੜ ਗਏ ਕਿ ਉਹਨਾਂ ਨੂੰ ਤਿੰਨ ਮੈਂਬਰਾਂ ਦਾ ਪੈਨਲ ਭੇਜਿਆ ਜਾਵੇ। ਇਸ ਟਕਰਾਅ ਦਰਮਿਆਨ ਡਾਕਟਰ ਵਾਂਡਰ ਨੇ ਆਪਣਾ ਨਾਂ ਵਾਪਸ ਲੈ ਲਿਆ ਸੀ। ਕੁਝ ਦਿਨ ਪਹਿਲਾਂ ਡਾਕਟਰ ਰਾਜੀਵ ਨੂੰ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਦਾ ਨਵਾਂ ਵੀਸੀ ਲਗਾਇਆ ਗਿਆ ਪਰ ਹੁਣ ਆਪ ਸਰਕਾਰ ਵਿਧਾਨ ਸਭਾ 'ਚ ਅਜਿਹਾ ਬਿਲ ਲੈ ਕੇ ਆਵੇਗੀ ਜਿਸ 'ਚ ਰਾਜਪਾਲ ਦੀ ਜਗ੍ਹਾ ਮੁੱਖ ਮੰਤਰੀ ਨੂੰ ਚਾਂਸਲਰ ਬਣਾਇਆ ਜਾਵੇਗਾ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪ੍ਰੀਖਿਆਰਥੀਆਂ ਲਈ ਸੋਮਵਾਰ ਨੂੰ ਸਰਟੀਫਿਕੇਟ ਲੈਣ ਦੀ ਤਤਕਾਲ ਸੇਵਾ ਦੀ ਸ਼ੁਰੂਆਤ ਕੀਤੀ ਗਈ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਪਰਸਨ ਡਾਕਟਰ ਸਤਵੀਰ ਵੇਦੀ ਨੇ ਦੱਸਿਆ ਕਿ ਸਿੱਖਿਆ ਬੋਰਡ ਦੇ ਪ੍ਰੀਖਿਆਰਥੀਆਂ ਵਾਸਤੇ ਦਫਤਰੀ ਰਿਕਾਰਡ ਅਨੁਸਾਰ ਸਾਲ 2020 ਤੋਂ ਹੁਣ ਤੱਕ ਦੀਆਂ ਪ੍ਰੀਖਿਆਵਾਂ ਦੇ ਲਈ ਸਰਟੀਫਿਕੇਟ ਦੀ ਸੈਕੰਡ ਕਾਪੀ ਕਾਪੀ ਲੈਣ ਦੇ ਲਈ ਤਤਕਾਲ ਸੇਵਾ ਆਰੰਭ ਕੀਤੀ ਗਈ ਹੈ। ਡਾਕਟਰ ਵੇਦੀ ਨੇ ਕਿਹਾ ਕਿ ਜੇ ਪ੍ਰੀਖਿਆਰਥੀ ਆਪਣੇ ਕਾਰਨ ਤੋਂ ਤਤਕਾਲ ਸੁਵਿਧਾ ਰਾਹੀਂ ਸਰਟੀਫਿਕੇਟ ਲੈਣ ਦੇ ਲਈ ਅਪਲਾਈ ਕਰੇਗਾ ਤਾਂ ਉਹ ਦਾ ਸਰਟੀਫਿਕੇਟ ਕੰਮਕਾਜ ਵਾਲੇ ਦਿਨਾਂ 'ਚ 48 ਘੰਟੇ ਦੇ ਅੰਦਰ ਰਜਿਸਟਰਡ ਕਾ ਡਾਕ ਰਾਹੀਂ ਫਾਰਮ 'ਚ ਭਰੇ ਪੱਤਰ ਤੇ ਪਤੇ ਉੱਤੇ ਭੇਜ ਦਿੱਤਾ ਜਾਵੇਗਾ। ਜੇ ਪਾਰਟੀ ਆਨਲਾਈਨ ਤਤਕਾਲ ਸੇਵਾ ਰਾਹੀਂ ਦਫ਼ਤਰੀ ਸਮੇਂ ਦੌਰਾਨ ਸਰਟੀਫਿਕੇਟ ਲਈ ਅਪਲਾਈ ਕਰਦਾ ਹੋਇਆ ਦਫ਼ਤਰ ਪਹੁੰਚ ਕਰਦਾ ਹੈ ਤਾਂ ਉਸ ਦਾ ਸਰਟੀਫਿਕੇਟ ਮੁੱਖ ਦਫ਼ਤਰ ਦੇ ਸਿੰਗਲ ਵਿੰਡੋ ਰਾਹੀਂ ਉਸੇ ਦਿਨ ਜਾਰੀ ਕਰ ਦਿੱਤਾ ਜਾਵੇਗਾ। ਜੇ ਸਰਟੀਫਿਕੇਟ ਲੈਣ ਦੇ ਲਈ ਦਫ਼ਤਰੀ ਸਮੇਂ ਤੋਂ ਬਾਅਦ ਅਪਲਾਈ ਕੀਤਾ ਜਾਂਦਾ ਤਾਂ ਸਰਟੀਫਿਕੇਟ ਅਗਲੇ ਕੰਮਕਾਜ ਵਾਲੇ ਦਿਨ ਜਾਰੀ ਕੀਤਾ ਜਾਵੇਗਾ। ਏ ਸੰਜੀ ਦੇਸ਼ ਵਿਦੇਸ਼ ਦੀਆਂ ਕੁਝ ਚੋਣਵੀਆਂ ਖਬਰਾਂ ਹੋਰ ਖਬਰਾਂ ਦੇ ਨਾਲ ਜੁੜੇ ਰਹਿਣ ਦੇ ਲਈ ਤੁਸੀਂ ਬਨੇ ਰਹੋ ਪੰਜਾਬ ਮਿਲ ਯੂਐਸਸੀ ਟੀਵੀ ਦੇ ਨਾਲ